ਹੁਣ ਇਸ ਟਾਈਮ ਤੇ ਇਕੱਲਾ ਗੁਰਦੁਆਰਾ ਹੈ ਜਦੋਂ ਇਹਨਾਂ ਨੇ 1978 ਵਿੱਚ ਬਣਾਇਆ ਸੀ ਇੱਥੇ ਦਾ ਨਾਮ ਮੈਰੀਟਾਈਮ ਸਿੱਖ ਸੁਸਾਇਟੀ ਇਸ ਲਈ ਰੱਖਿਆ ਸੀ ਕਿਉਂਕਿ ਪੂਰੀਆਂ ਚਾਰ ਮੈਰੀਟਾਈਮ ਪ੍ਰੋਵਿੰਸਸ ਦੇ ਵਿੱਚ ਇੱਕੋ ਹੀ ਗੁਰਦੁਆਰਾ ਸੀ ਕਾਰ ਸੇਵਾ ਦੀ ਮੰਗ ਕੀਤੀ ਜਾਏ ਤਾਂ ਉਹ ਥੋੜਾ ਹੈਜੀਟੈਂਟ ਸੀਗੇ ਜਿਹੜੇ ਸਾਡੇ ਪੁਰਾਣੇ ਸੀਨੀਅਰ ਸੀ ਸੋ ਹਰ ਵਾਰੀ ਗੱਲ ਹੌਲੀ ਹੌਲੀ ਫੰਡ ਰੇਜ਼ ਕਰਕੇ ਅਸੀਂ 2.5-3 ਲੱਖ ਡਾਲਰ ਹੀ ਪਿਛਲੇ 5-7 ਸਾਲਾਂ 'ਚ ਇਕੱਠੇ ਕੀਤੇ ਪਰ ਹੁਣ ਫਿਰ ਜਦੋਂ ਮਿਸਟਰ ਪਿਆਰਾ ਸਿੰਘ ਰੰਧਾਵਾ ਨੇ ਕੰਸਟਰਕਸ਼ਨ ਸਟਾਰਟ ਕਰਤੀ ਤੇ ਉਹਨਾਂ ਨੇ ਫਿਰ ਕਹਿੰਦੇ ਵੀ ਚਲੋ ਜਦੋਂ ਮਹਾਰਾਜ ਦਾ ਘਰ ਹੈ ਬਣੇਗਾ ਤੇ ਸੰਗਤ ਵੱਲੋਂ ਪੈਸੇ ਬਣਾਉਣਾ ਸ਼ੁਰੂ ਕਰਾਂਗੇ ਤੇ ਆਪਣੇ ਆਪ ਆ ਜਾਣਗੇ ਤੇ ਫਿਰ ਸੰਗਤ ਨੇ ਥੋੜਾ ਹਮਲਾ ਮਾਰਿਆ ਤੇ ਹੋਰ ਅਸੀਂ 2-2.5-3 ਲੱਖ ਹੋਰ ਇਕੱਠੇ ਕੀਤੇ ਸਾਡੀ ਕੋਈ ਐਡੀ ਬਹੁਤ ਕੰਸਿਸਟੈਂਟ ਇਨਕਮ ਨਹੀਂ ਹੈ ਕਿਉਂਕਿ ਪਹਿਲਾਂ ਪਿਛਲੇ ਹੁਣੇ ਦੋ ਥੋੜੇ ਸਾਲਾਂ ਵਿੱਚ ਸੰਗਤ ਵਧੀ ਹੈ ਉਸ ਤੋਂ ਪਹਿਲਾਂ ਦੀ ਪੁਰਾਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇਖੀਆਂ ਬੈਂਕ ਨੇ ਤਾਂ ਉਹ ਕਹਿੰਦੇ ਤੁਹਾਡੇ ਕੋਲੇ ਡੈਟ ਸਰਵਿਸ ਦੀ ਤੁਹਾਡੇ ਕੋਲੇ ਹੈਗੀ ਨਹੀਂ ਹੈ ਤੁਹਾਡੀ ਕਪੈਸਿਟੀ ਤੇ ਉਹਨਾਂ ਸਾਨੂੰ ਲੋਨ ਦੇਣ ਤੋਂ ਨਾ ਕਰਦੇ ਵੀ ਜੀ ਤੁਸੀਂ ਵੀ ਕਾਫੀ ਬਿਜ਼ੀ ਆ ਤੁਸੀਂ ਇੱਕ ਡੈਂਟਿਸਟ ਆ ਔਰ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਉਂ ਇਸ ਪ੍ਰੋਜੈਕਟ ਦਾ ਲੀਡ ਲਿਆ ਇਹ ਥੋੜੀ ਜੀ ਥੋੜੀ ਕੰਪਲੈਕਸ ਸਟੋਰੀ ਹੈ ਮਿਸਟਰ ਪਿਆਰਾ ਸਿੰਘ ਰੰਧਾਵਾ ਨੇ ਮੈਨੂੰ ਅਪਰੋਚ ਕੀਤਾ ਲਾਸਟ ਇਸ ਮੰਥ ਦੇ ਇਸ ਸਾਲ ਦੇ ਅਪ੍ਰੈਲ ਦੇ ਵਿੱਚ ਜਦੋਂ ਕਿ ਕੋਵਿਡ ਕਰਕੇ ਮੇਰੇ ਕਲੀਨਿਕਸ ਬੰਦ ਪਏ ਸੀ ਬਾਕੀ ਗੁਰੂ ਦੀ ਇੱਛਾ ਸੀ ਸ਼ਾਇਦ ਹੈ ਨਾ ਗੁਰੂ ਦੀ ਇੱਛਾ ਸੀ ਕਿ ਉਹਨਾਂ ਨੇ ਮੇਰੇ ਕੋਲ ਟਾਈਮ ਵੀ ਸੀਗਾ ਇਸ ਬਾਬੀ ਬਣ ਗਿਆ ਕਿ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਮੈਨੂੰ ਲੱਗਾ ਕਿ ਇਸ ਟਾਈਮ ਤੇ ਮੈਨੂੰ ਆਪਣੀ ਜਿਹੜੀ ਸੇਵਾ ਦਾ ਮੌਕਾ ਮਿਲਿਆ ਵਾ ਤਾਂ ਮੈਨੂੰ ਇਹਨੂੰ ਜਾਈ ਨਹੀਂ ਜਾਣਾ ਦੇਣਾ ਚਾਹੀਦਾ ਤੇ ਫਿਰ ਮੈਂ ਇਹਦੇ 'ਚ ਇਨਵੋਲਵ ਹੋ ਗਈ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵੀਅਰਸ ਦਾ ਫਿਰ ਤੋਂ ਸਵਾਗਤ ਹੈ ਅੱਜ ਮਾਰਨਿੰਗ ਸ਼ੋਅ ਦੇ ਵਿੱਚ ਮੈਂ ਤੁਹਾਡੀ ਆਪਣੀ ਸੁਖੀ ਸ਼ੋਅ ਦੇ ਸ਼ੁਰੂਆਤ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਸਾਡੇ ਜਿਹੜੇ ਗੈਸਟ ਜੁੜਨ ਜਾ ਰਹੇ ਆ ਆਲ ਦ ਵੇ ਫਰੋਮ ਹੈਲੀਫੈਕਸ ਨੋਵਾ ਸਕੋਸ਼ਾ ਸੋ ਵੈਂਕੂਵਰ ਬੀ ਸੀ ਦੇ ਕੰਪਲੀਟਲੀ ਆਪੋਸਾਈਡ ਆਫ ਕੈਨੇਡਾ ਦੇ ਵਿੱਚੋਂ ਸਿਮਰਦੀਪ ਕੌਰ ਹੁੰਦਲ ਜੋ ਕਿ ਇੱਕ ਡੈਂਟਿਸਟ ਹਨ ਅਤੇ ਇਹ ਪ੍ਰੈਜ਼ੀਡੈਂਟ ਹੈਗੇ ਆ ਮੈਰੀਟਾਈਮ ਸਿੱਖ ਸੁਸਾਇਟੀ ਨੋਵਾ ਸਕੋਸ਼ਾ ਪ੍ਰੋਵਿੰਸ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਅਤੇ ਉੱਥੇ ਇੱਕ ਇਹਨਾਂ ਨੇ ਰੈਸਟੋਰੇਸ਼ਨ ਪ੍ਰੋਜੈਕਟ ਇਸ ਹਿਸਟੋਰੀਕਲ ਗੁਰਦੁਆਰੇ ਨੂੰ ਇਹਨਾਂ ਨੇ ਲੀਡ ਕੀਤਾ ਹੋਇਆ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਇਹ 1968 ਦੇ ਵਿੱਚ ਇਹ ਬਣਾਇਆ ਗਿਆ ਸੀਗਾ ਉਦੋਂ ਇਸਟੈਬਲਿਸ਼ ਹੋਇਆ ਸੀਗਾ ਅਤੇ ਹੁਣ ਸੰਗਤ ਵਧਣ ਦੇ ਕਾਰਨ ਦਾ ਕਰਕੇ ਇਹਦੀ ਐਕਸਪੈਂਸ਼ਨ ਦੀ ਅਤੇ ਰੀਕੰਸਟਰਕਸ਼ਨ ਦੀ ਲੋੜ ਸੀਗੀ ਸੋ ਕੰਪਲੀਟ ਕਰਨ ਲਈ ਆਲਰੇਡੀ ਉੱਥੇ ਕੰਮ ਹੋ ਰਿਹਾ ਆ ਅਤੇ ਉਹਦੇ ਬਾਰੇ ਇਹ ਅਪਡੇਟਸ ਦੇਣਗੇ ਪਰ ਸੰਗਤ ਵੱਲੋਂ ਯੋਗਦਾਨ ਦੀ ਲੋੜ ਆ ਸੋ ਥੋੜ੍ਹੀ ਜਿਹੀ ਇਹਦੀ ਹਿਸਟੋਰੀਕਲ ਇੰਪੋਰਟੈਂਸ ਕੀ ਹੈ ਇਸ ਗੁਰਦੁਆਰੇ ਦੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸੋ ਆਓ ਆਪਾਂ ਰਲ ਕੇ ਸਵਾਗਤ ਕਰੀਏ ਸਿਮਰਦੀਪ ਕੌਰ ਹੁੰਦਲ ਦਾ ਸਿਮਰਦੀਪ ਕੌਰ ਹੁੰਦਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਬੀ ਸੀ ਦੀ ਸੰਗਤ ਨੂੰ ਸਾਡੇ ਵੱਲੋਂ ਬਹੁਤ ਬਹੁਤ ਵੱਡੀ ਨਮਸਕਾਰ ਸਤਿ ਸ਼੍ਰੀ ਅਕਾਲ ਥੈਂਕ ਯੂ ਸਿਮਰਦੀਪ ਤੁਸੀਂ ਟਾਈਮ ਕੱਢ ਕੇ ਮੈਨੂੰ ਪਤਾ ਤੁਸੀਂ ਕਾਫੀ ਬਿਜ਼ੀ ਆ ਅਤੇ ਇੱਕ ਆਪਣਾ ਟਾਈਮ ਡਿਫਰੈਂਸ ਵੀ ਕਾਫੀ ਆ ਸੋ ਥੈਂਕ ਯੂ ਸੋ ਮੱਚ ਤੁਸੀਂ ਅੱਜ ਸਾਡੇ ਨਾਲ ਜੁੜੇ ਆ ਸਭ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਪਲੀਜ਼ ਦੱਸੋਗੇ ਯੂ ਨੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿ ਰਿਹਾ ਨੂੰ ਇੰਡੀਆ ਤੋਂ ਕਿੰਨਾ ਟਾਈਮ ਹੋਇਆ ਤੁਹਾਨੂੰ ਇੱਥੇ ਆਇਆ ਨੂੰ ਹਾਂਜੀ ਅਸੀਂ 2009 ਦੇ ਵਿੱਚ ਇੰਡੀਆ ਤੋਂ ਨੋਵਾ ਸਕੋਸ਼ੀਆ ਮੂਵ ਹੋਏ ਸੀ 2009 ਦੇ ਵਿੱਚ ਮੈਂਟਲ ਹੈਲਥ ਯੂਨੀਵਰਸਿਟੀ ਦੇ ਵਿੱਚ ਡੈਂਟਿਸਟਰੀ ਦੀ ਆਪਣੀ ਡਿਗਰੀ ਪੂਰੀ ਕਰਨ ਲਈ ਆਏ ਅਤੇ ਉਦੋਂ ਅਸੀਂ ਫਿਰ ਸਾਨੂੰ ਨੋਵਾ ਸਕੋਸ਼ੀਆ ਨੂੰ ਹੀ ਅਸੀਂ ਆਪਣਾ ਘਰ ਬਣਾ ਲਿਆ 2009 ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਰਹਿ ਰਹੇ ਹਾਂ ਮੈਂ ਅਤੇ ਮੇਰੇ ਹਸਬੈਂਡ ਜਦੋਂ ਅਸੀਂ ਆਏ ਸੀ 2009 ਦੇ ਵਿੱਚ ਸਾਡਾ ਬੇਟਾ ਵੀ ਸਾਡੇ ਨਾਲ ਸੀ ਪਰ 2013 ਦੇ ਵਿੱਚ ਇੱਕ ਮੋਟਰਸਾਈਕਲ ਐਕਸੀਡੈਂਟ ਉਹਨੇ ਮੌਤਾਂ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਰ ਅਸੀਂ ਦੋਨੋਂ ਹਾਲੇ ਇੱਥੇ ਰਹਿ ਰਹੇ ਹਾਂ ਇਹ ਸਾਡਾ ਪੱਕਾ ਘਰ ਆ ਹੁਣ ਓਕੇ ਆਈ ਐਮ ਸੋ ਸੋਰੀ ਟੂ ਹੀਅਰ ਤੁਹਾਡੇ ਬੇਟੇ ਬਾਰੇ ਬਹੁਤ ਦੁੱਖ ਭਰੀ ਇਹ ਜਿਹੜੀ ਖਬਰ ਆ ਥੋੜ੍ਹਾ ਜਿਹਾ ਸਾਨੂੰ ਦੱਸ ਸਕਦੇ ਹਾਂ ਜਦੋਂ ਤੁਸੀਂ ਆਏ ਸੀਗੇ ਆਈ ਥਿੰਕ ਜਦੋਂ ਕੋਈ ਵੀ ਇੰਡੀਆ ਤੋਂ ਇੱਥੇ ਮਾਈਗ੍ਰੇਟ ਹੁੰਦਾ ਆ ਆਪਾਂ ਜਦੋਂ ਆਪਣਾ ਘਰ ਬਣਾਉਣਾ ਹੁੰਦਾ ਆ ਅਤੇ ਸਭ ਤੋਂ ਪਹਿਲਾਂ ਆਪਣੇ ਮਨ 'ਚ ਇੱਛਾ ਹੁੰਦੀ ਹੈ ਵੀ ਅਸੀਂ ਪਹਿਲਾਂ ਗੁਰਦੁਆਰੇ ਸਾਹਿਬ ਨੂੰ ਲੱਭੀਏ ਕਿਉਂਕਿ ਉਹ ਅਸਲੀ ਘਰ ਸਾਡਾ ਹੁੰਦਾ ਜਿੱਥੇ ਅਸੀਂ ਜਾਈਦਾ ਆ ਇੱਕ ਜਿਹਨੂੰ ਸਾਨੂੰ ਇੰਡੀਆ ਯਾਦ ਜਿਥਾਉਂਦਾ ਆ ਸੋ ਜਦੋਂ ਤੁਸੀਂ ਆਏ ਸੀਗੇ ਕਿੰਨੇ ਕੁ ਦੂਰ ਸੀ ਤੁਸੀਂ ਗੁਰਦੁਆਰੇ ਸਾਹਿਬ ਤੋਂ ਕਿੱਥੋਂ ਤੁਸੀਂ ਲੱਭਿਆ ਤੁਸੀਂ ਕਦੋਂ ਪਹਿਲੀ ਵਾਰੀ ਉੱਥੇ ਦਰਸ਼ਨ ਕੀਤੇ ਹਾਂਜੀ ਜਦੋਂ ਅਸੀਂ ਸਭ ਆਏ ਤੇ ਇੱਥੇ ਸਾਨੂੰ ਓਬਵੀਅਸਲੀ ਹੈ ਜਦੋਂ ਵੀ ਕੋਈ ਪੰਜਾਬ ਤੋਂ ਆਉਂਦਾ ਸਭ ਤੋਂ ਪਹਿਲਾਂ ਉਹਨੇ ਦੇਖਣਾ ਹੁੰਦਾ ਕਿ ਇੱਥੇ ਗੁਰਦੁਆਰਾ ਕਿੱਥੇ ਆ ਤੁਸੀਂ ਆਨਲਾਈਨ ਕਰਦੇ ਗੁਰਦੁਆਰਾ ਸੰਡੇ ਨੂੰ ਉੱਥੇ ਸਮਾਗਮ ਹੁੰਦਾ ਸੰਡੇ ਨੂੰ ਹੁੰਦਾ ਹੈ ਸਮਾਗਮ ਤੇ ਅਸੀਂ ਸੰਡੇ ਵਾਲੇ ਦਿਨ ਉੱਥੇ ਗਏ ਪਹਿਲੀ ਵਾਰੀ ਦਰਸ਼ਨ ਕਰਨ ਤੇ ਉੱਥੇ ਸਾਨੂੰ ਪਤਾ ਲੱਗਿਆ ਕਿ ਜਿੰਨੇ ਵੀ ਨਵੇਂ ਇਮੀਗ੍ਰੈਂਟਸ ਆਉਂਦੇ ਨੇ ਉਹਨਾਂ ਨੂੰ ਹਰ ਸੰਡੇ ਉਹ ਇੰਟਰੋਡਿਊਸ ਕਰਾਉਂਦੇ ਨੇ ਉਹਨਾਂ ਨੇ ਸਾਨੂੰ ਪਤਾ ਉਹਨਾਂ ਨੂੰ ਕਿਉਂਕਿ ਇੰਨੀ ਥੋੜ੍ਹੀ ਸੰਗਤ ਹੈ ਕਿ ਕੋਈ ਵੀ ਨਵਾਂ ਆਉਂਦਾ ਹੈ ਤਾਂ ਸਭ ਨੂੰ ਪਤਾ ਚੱਲ ਜਾਂਦਾ ਹੈ ਕਿ ਨਵਾਂ ਆਇਆ ਬੰਦਾ ਉਸ ਟਾਈਮ 'ਤੇ ਇੰਨੀ ਥੋੜ੍ਹੀ ਸੰਗਤ ਸੀਗੀ ਸੋ ਜਦੋਂ ਅਸੀਂ ਗਏ ਤਾਂ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਤਾਂ ਨਵੇਂ ਆਏ ਹੋ ਅਸੀਂ ਕਿਹਾ ਹਾਂਜੀ ਫਿਰ ਉਹਨਾਂ ਸਾਨੂੰ ਇੰਟਰੋਡਿਊਸ ਕਰਾਇਆ ਅਤੇ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਟ੍ਰੈਡੀਸ਼ਨ ਆ ਜਿਹੜੀ ਕਿ ਪਿਛਲੇ 52 ਸਾਲ ਤੋਂ ਇੱਦਾਂ ਹੀ ਚੱਲ ਰਹੀ ਹੈ ਜਦੋਂ ਵੀ ਕੋਈ ਨਵਾਂ ਇਮੀਗ੍ਰੈਂਟ ਆਉਂਦਾ ਉਹਨੂੰ ਇੰਟਰੋਡਿਊਸ ਕਰਾਉਂਦੇ ਨੇ ਗੁਰਦੁਆਰੇ ਦੇ ਵਿੱਚ ਫਿਰ ਉੱਥੋਂ ਹੀ ਤੁਸੀਂ ਤੁਹਾਨੂੰ ਇਹ ਫੀਲਿੰਗ ਮਿਲਦੀ ਹੈ ਸਾਰੇ ਬੜਾ ਵੈਲਕਮਿੰਗ ਇਨਵਾਇਰਮੈਂਟ ਸੀ ਗੁਰਦੁਆਰੇ ਦਾ
ਤੇ ਸਾਰਿਆਂ ਨੇ ਤੁਹਾਨੂੰ ਫੀਲ ਕਰਾਇਆ ਕਿ ਤੁਸੀਂ ਘਰ ਤੋਂ ਦੂਰ ਨਹੀਂ ਹੈਗੇ, ਇਹ ਬੜੀ ਚੰਗੀ ਇਹਨਾਂ ਦੀ ਬੜਾ ਚੰਗਾ ਇਨਵਾਇਰਮੈਂਟ ਸੀ, ਸੋ ਆ ਕੇ ਲੱਗਾ ਕਿ ਨਹੀਂ ਅਸੀਂ ਘਰ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹੈਗੇ। ਹਾਂਜੀ ਜੀ, ਤੁਸੀਂ ਕਹਿੰਦੇ ਵੀ ਕਰਕੇ ਸੰਗਤ ਬਹੁਤ ਥੋੜ੍ਹੀ ਆ, ਇੱਦਾਂ ਇੰਟਰੋਡਕਸ਼ਨਸ ਉੱਥੇ ਹੁੰਦੇ ਆ, ਸਾਰੇ ਇੱਕ ਦੂਜੇ ਨੂੰ ਜਾਣਦੇ ਆ, ਤੁਹਾਨੂੰ ਪਤਾ ਵੀ ਆਪਣੀ ਕਿੰਨੀ ਕੁ ਪਾਪੂਲੇਸ਼ਨ ਹੋਊਗੀ ਸਿੱਖ ਭਾਈਚਾਰੇ ਦੀ, ਖਾਸ ਕਰਕੇ ਜਿੱਥੇ ਤੁਸੀਂ ਰਹਿ ਰਹੇ ਆ, ਜਾਂ ਕਿੰਨੀ ਕੁ ਫੈਮਿਲੀਜ਼ ਉਸ ਟਾਈਮ ਜਦੋਂ ਤੁਸੀਂ ਆਏ ਸੀਗੇ। ਹਾਂਜੀ, ਜਿਹੜੀਆਂ ਜਦੋਂ ਇਹ ਗੁਰਦੁਆਰਾ ਬਣਿਆ ਓਰੀਜਨਲੀ 1968 ਦੇ ਵਿੱਚ ਮੈਰੀਟਾਈਮ ਸਿੱਖ ਸੁਸਾਇਟੀ ਇਸਟੈਬਲਿਸ਼ ਹੋਈ, 1978 ਦੇ ਵਿੱਚ ਗੁਰਦੁਆਰਾ ਬਣਿਆ। 10 ਸਾਲ ਲੱਗ ਗਏ ਗੁਰਦੁਆਰਾ ਬਣਨ ਲਈ, ਕਿਉਂਕਿ ਉਦੋਂ 10 ਤੋਂ 15 ਫੈਮਿਲੀ ਸੀਗੀਆਂ ਕਿ ਉਹਨਾਂ ਕੋਲ ਫਾਈਨੈਂਸ਼ੀਅਲ ਰਿਸੋਰਸਿਸ ਨਹੀਂ ਸੀਗੇ। ਤੇ ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਆਬਾਦੀ ਹੈ, ਮੈਂ ਉੱਥੇ ਸਿਰਫ ਹਿਸਟੋਰੀਕਲੀ ਵੇਖਿਆ ਕਿ ਬਹੁਤ ਸਲੋਲੀ ਗਰੋ ਕੀਤੀ। ਮਸਾਂ 2009 ਤੱਕ 60-70 ਹੀ ਫੈਮਿਲੀਆਂ ਸੀਗੀਆਂ ਜਦੋਂ ਅਸੀਂ ਆਏ ਉਹ ਤੀਕਰ, ਉਹ ਵੀ ਸਾਰੀਆਂ ਪੂਰੇ ਨੋਵਾ ਸਕੋਸ਼ੀਆ ਦੇ ਵਿੱਚ, ਨਾਟ ਇਕੱਲੇ ਹੈਲੀਫੈਕਸ, ਪੂਰੇ ਨੋਵਾ ਸਕੋਸ਼ੀਆ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਫੈਮਿਲੀਜ਼ ਆਈਆਂ, ਸਾਡੀ ਡਿਟੈਂਸ਼ਨ ਘੱਟ ਆ ਇੱਥੇ, ਜਿਹੜੇ ਇਮੀਗ੍ਰੈਂਟ ਨਵੇਂ ਆਉਂਦੇ ਨੇ ਉਹ ਆ ਕੇ ਥੋੜ੍ਹੀ ਦੇਰ ਲਈ ਆਪਣਾ ਇਮੀਗ੍ਰੇਸ਼ਨ ਦਾ ਦੇਖ ਕੇ, ਕਿਉਂਕਿ ਇੱਥੇ ਇੰਨੇ ਇੰਨੇ ਓਪਰਚੁਨਿਟੀਜ਼ ਨਹੀਂ ਹੈਗੀਆਂ, ਅਤੇ ਉਹ ਦੂਸਰੀਆਂ ਸਟੇਟਸ ਮੂਵ ਕਰ ਜਾਂਦੇ ਨੇ, ਜਿੱਦਾਂ ਉਹ ਚਲੇ ਜਾਂਦੇ ਟੋਰਾਂਟੋ ਜਾਂ ਵੈਨਕੂਵਰ, ਤੁਹਾਡੇ ਕੋਲ ਚਲੇ ਜਾਂਦੇ ਨੇ, ਅਤੇ ਇਸ ਕਰਕੇ ਇੱਥੇ ਬਹੁਤੀ ਡਿਟੈਂਸ਼ਨ ਨਹੀਂ ਸੀਗੀ। ਪਰ 2009 ਤੋਂ ਬਾਅਦ ਹੁਣ ਜਿੱਦਾਂ ਮੈਂ ਵੇਖ ਰਹੀ ਹਾਂ ਕਿ ਬਾਕੀ ਸਟੇਟ ਦੇ ਵਿੱਚ ਕੰਪੀਟੀਸ਼ਨ ਵੱਧ ਗਿਆ ਵਾ, ਅਤੇ ਇੱਧਰ ਥੋੜ੍ਹਾ ਪੀ ਐਨ ਪੀ ਪ੍ਰੋਗਰਾਮ ਦੇ ਵਿੱਚ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਕਰਕੇ ਥੋੜ੍ਹੀ ਇੱਧਰ ਨੂੰ ਰੁਝਾਨ ਵੱਧ ਗਿਆ, ਬਾਕੀ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੇ ਨਵੇਂ ਸਟੂਡੈਂਟਸ ਆ ਰਹੇ ਨੇ, 6 ਤੋਂ 7 ਹਜ਼ਾਰ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਸਟੂਡੈਂਟ ਜਿਹੜੇ ਪੰਜਾਬੀ ਨੇ। ਸੋ ਇਸ ਕਰਕੇ 2009 ਤੋਂ ਬਾਅਦ ਸਾਡੀ ਥੋੜ੍ਹੀ ਜਿਹੜੀ ਇਮੀਗ੍ਰੇਸ਼ਨ ਹੋਣ ਕਰਕੇ ਥੋੜ੍ਹੀ ਥੋੜ੍ਹੀ ਬਦਲਣੀ ਸ਼ੁਰੂ ਹੋਈ ਹੈ। 2009 ਤੋਂ ਲੈ ਕੇ ਹੁਣ ਤੱਕ ਮੇਰਾ ਖਿਆਲ ਆ ਕਿ ਸਾਡੀਆਂ ਹੋਰ 200-300 ਫੈਮਿਲੀਜ਼ ਐਡ ਹੋ ਗਈਆਂ ਨੇ ਪੂਰੇ ਨੋਵਾ ਸਕੋਸ਼ੀਆ ਦੇ ਵਿੱਚ, ਤੇ ਸੋ ਅਸੀਂ ਆਲਮੋਸਟ 400 ਦੇ ਲਾਗੇ ਛਾਗੇ ਪਹੁੰਚ ਗਏ ਆ ਫੈਮਿਲੀਜ਼ ਦੇ ਹਿਸਾਬ ਨਾਲ, ਪਰ ਪੂਰੇ ਨੋਵਾ ਸਕੋਸ਼ੀਆ ਦੇ ਵਿੱਚ। ਹੁਣ ਤੁਸੀਂ ਕਈ ਵਾਰੀ ਜਦੋਂ, ਹਾਂਜੀ ਹਾਂਜੀ, ਹੁਣ ਕਾਫੀ ਰਿਟੈਂਸ਼ਨ ਹੈ, ਪਰ ਇਹ ਨਹੀਂ ਪਤਾ ਕਿੰਨੀ ਦੇ ਕੋਈ ਸਾਰੇ, ਇਹ ਹੈ ਵੀ ਜਿੰਨੇ ਆਉਂਦੇ ਨੇ ਜੇ ਚਲੇ ਜਾਂਦੇ ਨੇ ਤੇ ਨਵੇਂ ਵੀ ਉਨੇ ਹੀ ਆ ਜਾਂਦੇ ਨੇ, ਸੋ ਤੇ ਓਵਰਆਲ ਅਸੀਂ ਇੱਥੇ ਕੀ ਰਹਿ ਰਹੇ ਹਾਂ। ਪਰ ਹੁਣ ਜਿੱਦਾਂ ਪਹਿਲਾਂ ਅਸੀਂ ਨੋਵਸ ਕੁਸ਼ ਕਿਤੇ ਜਾਂਦੇ ਸੀ, ਇੱਧਰ ਉੱਧਰ ਟਰੈਵਲ ਕਰਦੇ ਸੀ, ਤੁਹਾਨੂੰ ਕੋਈ ਪੰਜਾਬੀ ਜਾਂ ਸਰਦਾਰ ਨਜ਼ਰ ਨਹੀਂ ਸੀ ਆਉਂਦਾ, ਹੁਣ ਤੁਹਾਨੂੰ ਕਾਰ ਦੇ ਵਿੱਚ ਟਰੈਵਲ ਕਰਦੇ ਸਰਦਾਰ ਨਜ਼ਰ ਆ ਜਾਂਦੇ ਨੇ, ਸੋ ਪਹਿਲਾਂ ਨਾਲੋਂ ਥੋੜ੍ਹਾ ਫਰਕ ਪੈ ਰਿਹਾ। ਹਾਂਜੀ, ਬਹੁਤ ਮਾਣ ਵਾਲੀ ਗੱਲ ਹੈ, ਕਿਉਂਕਿ ਹੈਲੀਫੈਕਸ ਅਤੇ ਨੋਵਾ ਸਕੋਸ਼ਾ ਤਾਂ ਮੇਰੇ ਖਿਆਲ ਜ਼ਿਕਰ ਬਹੁਤ ਘੱਟ ਹੁੰਦਾ ਆ, ਖਾਸ ਕਰਕੇ ਜਿਹੜੇ ਸਾਡੇ ਇੰਡੀਆ ਦੇ ਵਿੱਚ, ਪੰਜਾਬ ਵਿੱਚ ਰਹਿ ਰਹੇ ਆ, ਸਰੀ, ਟੋਰਾਂਟੋ, ਕੈਲਗਰੀ, ਐਡਮਿਟਨ, ਇਹ ਸਿਟੀਜ਼ ਨੂੰ ਇਹ ਜਾਣਦੇ ਆ, ਪਰ ਨੋਵਾ ਸਕੋਸ਼ਾ ਜਿਹੜਾ ਪ੍ਰੋਵਿੰਸ ਆ ਇਹਦਾ ਘੱਟ ਬਹੁਤ ਜ਼ਿਕਰ ਹੁੰਦਾ ਆ। ਥੋੜ੍ਹਾ ਜਿਹਾ ਸਾਨੂੰ ਇਸ ਗੁਰਦੁਆਰੇ ਤੁਸੀਂ ਦੱਸਿਆ ਸੀਗਾ ਕਿ 1968 ਦੇ ਵਿੱਚ ਇਹ ਇਸਟੈਬਲਿਸ਼ ਹੋਇਆ, ਸੋ ਮੇਰਾ ਖਿਆਲ ਇਹ ਜਿਹੜੀ ਆਪਾਂ ਇਹਦੀ ਹਿਸਟਰੀ ਦੀ ਗੱਲ ਕਰਦੇ ਹਾਂ, ਇਤਿਹਾਸ ਦੀ ਗੱਲ ਕਰਦੇ ਹਾਂ, ਇਹ ਇਕੱਲਾ ਗੁਰਦੁਆਰਾ ਸਾਹਿਬ ਆ ਜਿਹੜਾ ਇਸ ਵੇਲੇ ਇਹ ਦੂਜੇ ਨੋਵਾ ਸਕੋਸ਼ਾ ਪ੍ਰੋਵਿੰਸ ਦੇ ਵਿੱਚ ਹੈਗਾ, ਐਮ ਆਈ ਕਰੈਕਟ? ਹਾਂਜੀ, ਹੁਣ ਇਸ ਟਾਈਮ 'ਤੇ ਇਕੱਲਾ ਗੁਰਦੁਆਰਾ ਹੈ, ਜਦੋਂ ਇਹਨਾਂ ਨੇ 1978 ਵਿੱਚ ਬਣਾਇਆ ਸੀ, ਇੱਥੇ ਦਾ ਨਾਮ ਮੈਰੀਟਾਈਮ ਸਿੱਖ ਸੁਸਾਇਟੀ ਇਸ ਲਈ ਰੱਖਿਆ ਸੀ ਕਿਉਂਕਿ ਪੂਰੀਆਂ 4 ਮੈਰੀਟਾਈਮ ਪ੍ਰੋਵਿੰਸਸ ਦੇ ਵਿੱਚ ਇੱਕੋ ਹੀ ਗੁਰਦੁਆਰਾ ਸੀ, ਫਿਰ 1996 ਤੱਕ ਇੱਕੋ ਹੀ ਗੁਰਦੁਆਰਾ ਰਿਹਾ। 1996 ਦੇ ਵਿੱਚ ਨਿਊਫਾਊਂਡਲੈਂਡ ਦੇ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ, ਕਿਉਂਕਿ ਉੱਥੇ ਵੀ 10-15 ਫੈਮਿਲੀਜ਼ ਆ ਗਈਆਂ, ਅਤੇ ਫਿਰ ਉੱਥੋਂ ਫਲਾਈ ਕਰਕੇ ਆਉਣਾ ਪੈਂਦਾ ਸੀ ਜਾਂ ਫੈਰੀ ਲੈ ਕੇ, ਅਤੇ ਉਹਨਾਂ ਨੇ ਬਣਾ ਲਿਆ। ਪਰ ਉਸ ਤੋਂ ਪਹਿਲਾਂ ਤੱਕ 1996 ਤੱਕ ਇਕੱਲਾ ਹੀ ਗੁਰਦੁਆਰਾ ਸੀ ਪੂਰੀਆਂ 4 ਐਟਲਾਂਟਿਕ ਪ੍ਰੋਵਿੰਸਸ ਦੇ ਵਿੱਚ। ਹੁਣ ਵੀ ਇਹ ਸਾਡੇ ਨੋਵਾ ਸਕੋਸ਼ੀਆ ਵਿੱਚ ਇੱਕੋ ਇੱਕ ਗੁਰਦੁਆਰਾ ਹੈ। ਨੋਵਾ ਸਕੋਸ਼ੀਆ ਜੇ ਤੁਸੀਂ ਦੇਖੋਗੇ ਕਿ ਲੰਬਾ ਹੈ, ਲੰਬੀ ਸਾਰੀ ਲੈਗ ਜੀ ਟਾਈਪ ਹੈ, ਅਤੇ ਦੋਨਾਂ ਕਾਰਨਰਸ ਤੋਂ ਜੇ ਟਰੈਵਲ ਕਰਕੇ ਸੈਂਟਰ ਦੇ ਵਿੱਚ ਆਉਣਾ ਹੁੰਦਾ ਸੰਗਤਾਂ ਨੇ, ਤਾਂ ਕਈ ਵਾਰੀ 300-400 ਕਿਲੋਮੀਟਰ ਦਾ ਟਰੈਵਲ ਕਰਨਾ ਪੈਂਦਾ ਹੁੰਦਾ ਉਹਨੂੰ ਸਿਰਫ ਦਰਸ਼ਨ ਕਰਨ ਲਈ ਆਉਣ ਲਈ। ਅਤੇ ਇਸ ਕਰਕੇ ਸਾਡੇ ਕੋਲ ਇਹ ਹਾਲੇ ਵੀ ਇਕੱਲਾ ਇਕੱਲਾ ਗੁਰਦੁਆਰਾ। ਜੇ ਤੁਸੀਂ ਮੌਂਟਰੀਅਲ ਤੋਂ ਟਰੈਵਲ ਕਰੋ ਤਾਂ ਘੱਟੋ ਘੱਟ 14-15 ਘੰਟੇ ਦੀ ਡਰਾਈਵ ਹੈ, ਫਿਰ ਤੁਸੀਂ ਈਸਟ ਕੋਸਟ 'ਤੇ ਜਾ ਕੇ ਇੱਥੇ ਪਹੁੰਚਦੇ ਹੋ, ਅਤੇ ਇੱਕੋ ਹੀ ਗੁਰਦੁਆਰਾ ਹੈ। ਇੱਕੋ ਹੀ ਗੁਰਦੁਆਰਾ ਬਣਾਉਣ ਸਾਨੂੰ ਇੰਨੀ ਮੁਸ਼ਕਿਲ ਆ ਰਹੀ ਹੈ, ਅਤੇ ਸਾਡੇ ਕੋਲ ਦੂਸਰਾ ਬਣਨ ਦਾ ਤਾਂ ਕੋਈ ਚਾਂਸ ਹੀ ਨਹੀਂ ਹੈਗਾ। ਜੀ, ਇਹ ਥੋੜ੍ਹੇ ਜਿਹੇ ਸਾਨੂੰ ਇਸ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਬਾਰੇ ਦੱਸੋ, ਕਿੰਨਾ ਕੁ ਵੱਡਾ ਹੈ ਅਤੇ ਕਿੰਨੀ ਕੁ ਕਪੈਸਿਟੀ ਹੈ ਸੰਗਤ ਲਈ? ਜਿਹੜਾ ਸਾਡਾ ਪਹਿਲਾ ਓਰਿਜਨਲੀ ਬਣਿਆ ਸੀ 1978 ਦੇ ਵਿੱਚ, ਉਹ ਸਿਰਫ 15-20 ਫੈਮਿਲੀਜ਼ ਦੇ ਹਿਸਾਬ ਨਾਲ ਬਹੁਤ ਛੋਟਾ ਸੀਗਾ, ਅਤੇ ਫਿਰ 1996 ਤੱਕ ਜਦੋਂ ਹੋ ਗਈਆਂ ਹੋਰ 40-50 ਫੈਮਿਲੀਜ਼ ਹੋ ਗਈਆਂ, ਫਿਰ ਇਹਨਾਂ ਥੋੜ੍ਹੀ ਜਿਹੀ ਐਕਸਟੈਂਸ਼ਨ ਕੀਤੀ, ਅਤੇ ਫਿਰ ਵੀ ਮੇਰੇ ਖਿਆਲ ਕਿ ਬਹੁਤੀ ਕਪੈਸਿਟੀ ਇਹਦੀ 100-150-150 ਬੰਦੇ ਤੱਕ ਮੈਕਸੀ ਆ ਜਾਂਦੀ ਹੈ ਅਕੋਰਡਿੰਗ ਨੂੰ। ਜਿੱਦਾਂ ਦੀਵਾਨ ਹਾਲ ਦੇ ਵਿੱਚ 100 ਤੋਂ ਵੱਧ ਜੇ ਬਿਲਕੁਲ ਟਾਈਟ ਹੋ ਜਾਂਦਾ, ਲੱਗਦਾ ਕਿ ਬਹੁਤ ਜ਼ਿਆਦਾ ਰਸ਼ ਹੋ ਗਿਆ, ਅਤੇ ਜੇ ਲੰਗਰ ਖਾਣ ਲਈ ਵੀ ਜੇ 100 ਤੋਂ ਵੱਧ ਜ਼ਿਆਦਾ ਹੋ ਜਾਣ ਤਾਂ ਉਹਨਾਂ ਨੂੰ ਬਾਹਰ ਲਾਈਨ ਲਗਾਉਣੀ ਪੈਂਦੀ ਹੈ। ਤੁਹਾਨੂੰ ਪਤਾ ਨੋਵਾ ਸਕੋਸ਼ੀਆ ਦੀ ਵਿੰਟਰ ਬਹੁਤ ਹਾਰਸ਼ ਹੈ, ਇਸ ਕਰਕੇ ਉਹ ਬਹੁਤ ਛੋਟਾ ਸੀ, ਛੋਟੇ ਘਰ ਜਿੱਡਾ ਹੀ ਸੀਗਾ ਜੇ ਮੇਰੇ ਕੋਲ। ਅਤੇ ਪਰ ਜਿਹੜਾ ਹੁਣ ਨਵਾਂ ਅਸੀਂ ਐਕਸਪੈਂਸ਼ਨ ਕਰਨ ਡਏ ਹਾਂ, ਇਹਦਾ ਮੇਨ ਰੀਜ਼ਨ ਇਹੀ ਹੈ ਕਿ ਹੁਣ ਸਾਡੇ ਕੋਲ ਇੱਕ ਤਾਂ ਸਾਡੀ ਇਮੀਗ੍ਰੇਸ਼ਨ ਹੋ ਗਈ ਹੈ, ਇਸ ਕਰਕੇ ਸਾਡੇ ਕੋਲ ਫੈਮਿਲੀਜ਼ ਵੱਧ ਗਈਆਂ ਨੇ ਜਿਹੜੀਆਂ ਪਰਮਾਨੈਂਟ ਰੈਜ਼ੀਡੈਂਟ
ਪ੍ਰੈਜ਼ੀਡੈਂਟ ਨੇ, ਦੂਸਰੇ ਸਾਡੇ ਕੋਲੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਪੰਜਾਬ ਤੋਂ ਆਉਂਦੇ ਨੇ, ਉਹ ਜਦੋਂ ਫਿਰ ਗੁਰਦੁਆਰੇ ਸਾਹਿਬ ਆਉਂਦੇ ਨੇ ਉਹਨਾਂ ਨੂੰ ਕੰਫਰਟ ਹੈ ਉੱਥੇ। ਸਾਡੇ ਬਹੁਤ ਸਾਰੇ ਨਵੇਂ ਜਿਹੜੇ ਆ ਰਹੇ ਨੇ ਉਹ ਕਾਫੀ ਜ਼ਿਆਦਾ ਸਿੱਖੀ ਦੇ ਵਿੱਚ ਫੇਥ ਰੱਖਣ ਵਾਲੇ, ਤੇ ਬੱਚੇ ਜਿਨ੍ਹਾਂ ਨੂੰ ਗੁਰਦੁਆਰੇ ਜਾਣਾ, ਜਿਨ੍ਹਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ, ਉਹ ਸਾਡੇ ਬਹੁਤ ਜ਼ਿਆਦਾ ਸਿੱਖੀ ਦੇ ਨਾਲ ਜੁੜੇ ਹੋਏ ਜਿਹੜੇ ਬੱਚੇ ਨੇ ਉਹ ਆ ਰਹੇ ਨੇ, ਤੇ ਉਹਨਾਂ ਇਸ ਕਰਕੇ ਸਾਨੂੰ ਉਹਨਾਂ ਨੂੰ ਸਾਨੂੰ ਲੱਗ ਰਿਹਾ ਕਿ ਬਹੁਤ ਜ਼ਿਆਦਾ ਐਕਸਪੈਂਸ਼ਨ ਦੀ ਅਰਜੈਂਟ ਨੀਡ ਹੋ ਗਈ ਸੀ ਪਿਛਲੇ 2-3 ਸਾਲ ਤੋਂ, ਕਿਉਂਕਿ ਕੋਈ ਵੀ ਵੱਡਾ ਫੈਸਟੀਵਲ ਹੈ ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਜਾਂ ਤੁਸੀਂ ਵਿਸਾਖੀ ਦੇ ਲਗਾ ਲਓ, ਇੰਨਾ ਰਸ਼ ਹੋ ਜਾਂਦਾ ਹੈ ਕਿ ਲੱਗਦਾ ਸੀ ਗੁਰਦੁਆਰਾ ਥੱਲੇ ਆ ਜਾਏਗਾ, ਇੰਨਾ ਜ਼ਿਆਦਾ ਰਸ਼ ਹੋ ਜਾਂਦਾ ਹੈ। ਤੇ ਬਾਹਰ ਲੰਬੀ ਲਾਈਨ ਲੱਗ ਜਾਂਦੀ ਹੈ, ਵਿੰਟਰ ਦੇ ਵਿੱਚ ਵੀ ਬਾਹਰ ਲੰਬੀ ਲਾਈਨ ਲੱਗ ਕੇ ਤੇ ਕਾਫੀ ਜ਼ਿਆਦਾ ਹੋ ਰਿਹਾ ਸੀ। ਤੇ ਹੁਣ ਜਿਹੜਾ ਨਵਾਂ ਐਕਸਪੈਂਸ਼ਨ ਅਸੀਂ ਕਰ ਰਹੇ ਹਾਂ ਇਹ ਆਲਮੋਸਟ ਪਹਿਲਾਂ ਨਾਲੋਂ 5 ਕੁ ਗੁਣਾ ਹੈ। ਇਹਦੇ ਵਿੱਚ 400-500 ਜਿਹੜੇ ਸੰਗਤ ਮੈਂਬਰ ਨੇ ਇਕੱਠੇ ਬੈਠ ਕੇ ਲੰਗਰ ਖਾ ਸਕਦੇ ਨੇ, ਤਾਂ ਉਹਦਾ ਵੱਡਾ ਹਾਲ ਹੈ। ਤੇ ਥੋੜ੍ਹੀਆਂ ਅਸੀਂ ਉਹਦੇ ਵਿੱਚ ਬੱਚਿਆਂ ਦੀ ਪੰਜਾਬੀ ਕਲਾਸਾਂ ਲਈ ਵੀ ਰੂਮ ਰੱਖਿਆ, ਇੱਕ ਸਿੱਖ ਹਿਸਟਰੀ ਰੂਮ ਹੈ ਲਾਇਬ੍ਰੇਰੀ ਦੇ ਵਿੱਚ ਬਣੇਗਾ, ਤੇ ਇੱਕ ਮੀਟਿੰਗ ਰੂਮ ਜਾਂ ਬਾਕੀ ਅਸੀਂ ਆਪਣੇ ਛੋਟਾ ਦੀਵਾਨ ਹਾਲ ਵੀ ਹੈ ਜਿਹਦੇ ਵਿੱਚ ਕਿਸੇ ਨੇ ਪ੍ਰਾਈਵੇਟ ਪਾਠ ਕਰਵਾਉਣਾ ਹੈ ਤਾਂ ਉਹਨਾਂ ਲਈ ਵੀ ਥੋੜ੍ਹਾ ਕਰ ਰਹੇ ਹਾਂ। ਤੇ ਜੇ ਇੱਕ ਥੱਲੇ ਬੇਸਮੈਂਟ ਦੇ ਵਿੱਚ ਥੋੜ੍ਹਾ ਜਿਹੜੇ ਨਵੇਂ ਇਮੀਗ੍ਰੈਂਟ ਆਉਂਦੇ ਨੇ, ਕਿਉਂਕਿ ਇਨੀਸ਼ੀਅਲੀ ਜਦ ਕਿਸੇ ਨੂੰ ਮੁਸ਼ਕਲ ਆਏ ਇਨੀਸ਼ੀਅਲੀ ਰਹਿਣ ਲਈ, ਉਹਨਾਂ ਨੂੰ ਥੋੜ੍ਹੇ ਜਿਹਾ ਰਹਿਣ ਲਈ ਪ੍ਰਬੰਧ ਵੀ ਕਰ ਰਹੇ ਹਾਂ ਕਿ ਨਵੇਂ ਬੱਚੇ ਆ ਰਹੇ ਉਹਨਾਂ ਨੂੰ ਥੋੜ੍ਹੀ ਇਨੀਸ਼ੀਅਲੀ ਸਪੋਰਟ ਦੀ ਲੋੜ ਹੁੰਦੀ ਹੈ ਤਾਂ ਉਹ ਗੁਰਦੁਆਰੇ 'ਚ ਰਹਿ ਸਕਦੇ ਨੇ, ਤੇ ਉਹ ਸਾਰਾ ਕੁਛ ਕਰਕੇ ਥੋੜ੍ਹਾ ਹੁਣ ਥੋੜ੍ਹਾ ਪਹਿਲਾਂ ਨਾਲੋਂ 4-5 ਗੁਣਾ ਵੱਡਾ ਹੋ ਜਾਏਗਾ। ਸਿਮਰਦੀਪ ਜੀ, ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸਿਓ ਕਿੰਨਾ ਕੁ ਆਲਰੇਡੀ ਜਿਹੜਾ ਕੰਮ ਆ ਸ਼ੁਰੂ ਹੋਇਆ ਆ, ਕਿੰਨਾ ਕੁ ਖਰਚਾ ਤੁਸੀਂ ਆਲਰੇਡੀ ਕਰ ਚੁੱਕੇ ਆ ਤੇ ਉਹ ਖਰਚਾ ਕਿੱਥੋਂ ਆਇਆ? 2019 ਦੇ ਦਸੰਬਰ ਦੇ ਵਿੱਚ ਅਸੀਂ ਸਟਾਰਟ ਕੀਤਾ ਸੀਗਾ। ਮਿਸਟਰ ਪਿਆਰ ਸਿੰਘ ਰੰਧਾਵਾ ਜੋ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਨੀਹਾਂ ਪੁੱਟ ਕੇ ਸਟਾਰਟ ਕਰਤਾ, ਤੇ ਸਾਡਾ ਟੋਟਲ ਬਜਟ ਸਾਡਾ ਇਨੀਸ਼ੀਅਲੀ 11 ਕੁ ਲੱਖ ਦਾ ਸੀ, 11-12 ਲੱਖ ਦਾ ਸੀ। ਹਲੇ ਬਹੁਤ ਜ਼ਿਆਦਾ ਪ੍ਰੋਪਰ ਐਸਟੀਮੇਟ ਤਾਂ ਨਹੀਂ, ਪਰ ਇੰਨਾ ਕੁ ਸੀ। ਪਰ ਫਿਰ ਸਾਨੂੰ ਥੋੜ੍ਹੀ ਜਿਹੀ ਬੇਸਮੈਂਟ ਬਣਾਉਣ ਦੀ ਲੋੜ ਪੈ ਗਈ, ਕਿਉਂਕਿ ਇੰਜੀਨੀਅਰਸ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਾਨੂੰ ਥੱਲੇ ਐਕਸਕਵੇਸ਼ਨ ਕਰਕੇ ਜੋ ਨਵੇਂ ਖੋੜ ਦੇ ਹਿਸਾਬ ਨਾਲ ਐਕਸਕਵੇਸ਼ਨ ਕਰਨੀ ਪੈਣੀ ਸੀ, ਤਾਂ ਫਿਰ ਬੇਸਮੈਂਟ ਵੀ ਬਣ ਗਈ, ਇੱਕ ਫਲੋਰ ਹੋਰ ਵੱਧ ਗਿਆ, ਅਤੇ ਹੁਣ ਸਾਡਾ 15 ਕੁ ਲੱਖ ਦਾ ਅਨੁਮਾਨ ਹੈ ਟੋਟਲ ਖਰਚੇ। ਫਿਰ ਵੀ ਇਹ ਬਿਲਕੁਲ ਸਿੰਪਲ ਮੋਡੈਸਟ ਗੁਰਦੁਆਰਾ ਹੈ, ਬਹੁਤ ਫੈਂਸੀ ਨਹੀਂ ਹੈ, ਸਿਰਫ ਇਹਦਾ ਸਾਈਜ਼ ਵੱਡਾ ਹੈ ਤਾਂ ਜੋ ਸਾਰੀ ਸੰਗਤ ਨੂੰ ਵਿੰਟਰ ਦੇ ਵਿੱਚ ਇਕੱਠਿਆਂ ਨੂੰ ਅੰਦਰ ਅਕੋਮੋਡੇਟ ਕਰ ਸਕੀਏ, ਅਤੇ 20-22 ਹਜ਼ਾਰ ਸਕੁਏਅਰ ਫਿੱਟ ਦਾ ਗੁਰਦੁਆਰਾ ਹੋ ਜਾਏਗਾ, ਹਾਲ ਅਤੇ ਸਾਰੇ ਕਮਰੇ ਪਾ ਕੇ। ਅਤੇ ਇਹਦੀ ਹੁਣ ਆਲਮੋਸਟ 50% ਹੋ ਗਈ ਹੈ, ਫਰੇਮਵਰਕ ਸਾਰਾ ਹੋ ਗਿਆ, ਜਿਹੜਾ ਵਨ ਇੱਕ ਪੋਰਸ਼ਨ ਜਿਹੜਾ ਪਿੱਛੇ ਵਾਲਾ ਪੋਰਸ਼ਨ ਹੈ ਉਹਦੀ ਰੂਫ ਦੇ ਉੱਤੇ ਬੋਰਡ ਅਪ ਹੋ ਗਿਆ, ਰੂਫ ਵਾਲੇ ਰੂਫ ਟਾਈਟ ਨਹੀਂ ਹੋਈ ਪਰ ਬੋਰਡ ਅਪ ਹੋ ਗਿਆ, ਕਿਉਂਕਿ ਜੋ ਫਰੰਟ ਵਾਲੀ ਰੂਟ ਬਣੇਗੀ ਅਤੇ ਫਿਰ ਬੋਰਡ ਅਪ ਹੋਏਗਾ। ਹੁਣ ਸਾਡੇ ਕੋਲ 6.5-7 ਲੱਖ ਦਾ ਖਰਚਾ ਅਸੀਂ ਕਰ ਚੁੱਕੇ ਹਾਂ। ਪਿਛਲੇ 10 ਸਾਲਾਂ ਤੋਂ ਅਸਲ 'ਚ ਅਸੀਂ ਗੁਰਦੁਆਰੇ ਦੀ ਐਕਸਟੈਂਸ਼ਨ ਦੀ ਕਰ ਰਹੇ ਹਾਂ, ਜਦੋਂ ਦੀ ਮੈਂ ਆਈ ਹਾਂ 2009 ਤੋਂ ਸੁਣ ਰਹੇ ਹਾਂ ਕਿ ਹੁਣ ਵੱਡਾ ਕਰਨਾ ਪਏਗਾ, ਵੱਡਾ ਕਰਨਾ ਪਏਗਾ। ਪਰ ਜਿਹੜੇ ਸਾਡੇ ਪੁਰਾਣੇ ਸੀਨੀਅਰ ਸੀਗੇ ਉਹਨਾਂ ਦਾ ਉਹਨਾਂ ਨੂੰ ਪਤਾ ਸੀ ਕਿ ਖਰਚਾ ਜੇ ਵੱਡਾ ਕਰਾਂਗੇ ਤਾਂ ਬਹੁਤ ਹੋਏਗਾ, ਨਵਾਂ ਸਕੋਸ਼ੀਆ 'ਚ ਕੰਸਟਰਕਸ਼ਨ ਥੋੜ੍ਹੀ ਮਹਿੰਗੀ ਹੈ ਸਾਡੇ BC ਜਾਂ ਵੈਨਕੂਵਰ ਜਾਂ ਟੋਰਾਂਟੋ ਨਾਲੋਂ, ਅਤੇ ਉਹ ਚਾਹੁੰਦੇ ਨਹੀਂ ਸੀਗੇ ਕਿ ਇਨੀਸ਼ੀਏਟਿਵ ਨਹੀਂ ਸੀ ਲੈਣਾ ਚਾਹੁੰਦੇ ਕਿ ਬਾਹਰ ਜਾ ਕੇ ਸੰਗਤ ਕੋਲੋਂ ਕਾਰ ਸੇਵਾ ਦੀ ਮੰਗ ਦਿੱਤੀ ਜਾਏ, ਤਾਂ ਉਹ ਥੋੜ੍ਹਾ ਹੈਜੀਟੈਂਟ ਸੀਗੇ ਜਿਹੜੇ ਸਾਡੇ ਪੁਰਾਣੇ ਸੀਨੀਅਰ ਸੀ। ਸੋ ਹਰ ਵਾਰੀ ਗੱਲ ਹੌਲੀ ਹੌਲੀ ਫੰਡ ਰੇਜ਼ ਕਰਕੇ ਅਸੀਂ 2.5-3 ਲੱਖ ਡਾਲਰ ਹੀ ਪਿਛਲੇ 5-7 ਸਾਲਾਂ 'ਚ ਇਕੱਠੇ ਕੀਤੇ। ਪਰ ਹੁਣ ਫਿਰ ਜਦੋਂ ਮਿਸਟਰ ਪਿਆਰਾ ਸਿੰਘ ਰੰਧਾਵਾ ਨੇ ਕੰਸਟਰਕਸ਼ਨ ਸਟਾਰਟ ਕਰਤੀ, ਅਤੇ ਉਹਨਾਂ ਨੇ ਫਿਰ ਕਹਿੰਦੇ ਵੀ ਚਲੋ ਜਦੋਂ ਬਾਹਰ ਦਾ ਘਰ ਹੈ ਬਣੇਗਾ ਅਤੇ ਸੰਗਤ ਵੱਲੋਂ ਪੈਸੇ ਬਣਾਉਣਾ ਸ਼ੁਰੂ ਕਰਾਂਗੇ ਅਤੇ ਆਪਣੇ ਆਪ ਆ ਜਾਣਗੇ, ਅਤੇ ਫਿਰ ਸੰਗਤ ਨੇ ਥੋੜ੍ਹਾ ਹੰਭਲਾ ਮਾਰਿਆ ਅਤੇ ਹੋਰ ਅਸੀਂ 2-2.5-3 ਲੱਖ ਹੋਰ ਇਕੱਠੇ ਕੀਤੇ ਲੋਕਲ ਸੰਗਤ ਨੇ, ਅਤੇ 6-6.5 ਲੱਖ ਸਾਡਾ ਜਿਹੜਾ ਹੁਣ ਤੇ ਉਹ ਇਕੱਠਾ ਹੋਇਆ ਸੀ ਖਰਚ ਹੋ ਚੁੱਕਿਆ। ਅਸੀਂ ਫਿਰ ਉਸ ਟਾਈਮ 'ਤੇ ਸਾਡੀ ਸੀਗੀ ਮਾਇੰਡ ਦੇ ਵਿੱਚ ਕਿ ਬੈਂਕ ਕੋਲ ਜਾ ਕੇ ਲੋਨ ਲਵਾਂਗੇ, ਅਸੀਂ FTAਂ ਵਗੈਰਾ ਸਾਈਨ ਕੀਤੀਆਂ ਸੀ ਕਿ ਜਦੋਂ ਬੈਂਕ ਤੋਂ ਲੋਨ ਲਵਾਂਗੇ ਤਾਂ ਉਹਦੇ ਨਾਲ ਹੌਲੀ ਹੌਲੀ ਪੇ ਕਰ ਦਿਆਂਗੇ। ਪਰ ਫਿਰ ਉਹ ਕੋਵਿਡ ਦੀ ਪ੍ਰੋਬਲਮ ਆ ਗਈ, ਕੋਵਿਡ ਕਰਕੇ ਗੁਰਦੁਆਰਾ ਬੰਦ ਹੋ ਗਿਆ, ਸਾਡੀ ਕੋਈ ਐਡੀ ਬਹੁਤ ਕੰਸਿਸਟੈਂਟ ਇਨਕਮ ਨਹੀਂ ਹੈ, ਕਿਉਂਕਿ ਪਹਿਲਾਂ ਪਿਛਲੇ ਹੁਣ ਥੋੜ੍ਹੇ ਸਾਲਾਂ ਵਿੱਚ ਸੰਗਤ ਵਧੀ ਹੈ, ਉਸ ਤੋਂ ਪਹਿਲਾਂ ਦੀ ਜੋ ਪੁਰਾਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇਖੀਆਂ ਬੈਂਕ ਨੇ ਤਾਂ ਉਹ ਕਹਿੰਦੇ ਤੁਹਾਡੇ ਕੋਲ ਡੈਟ ਸਰਵਿਸ ਦੀ ਤੁਹਾਡੇ ਕੋਲ ਹੈਗੀ ਨਹੀਂ ਹੈ ਤੁਹਾਡੀ ਕਪੈਸਿਟੀ, ਅਤੇ ਉਹਨਾਂ ਸਾਨੂੰ ਲੋਨ ਦੇਣ ਤੋਂ ਨਾ ਕਰਤਾ। ਫਿਰ ਕਾਫੀ ਸਾਰੀਆਂ ਬੈਂਕਾਂ ਤੋਂ ਹੁਣ ਇੱਕ ਬੈਂਕ ਨੇ ਸਾਨੂੰ ਕਿਹਾ ਵਾ ਕਿ ਤੁਹਾਨੂੰ ਮੈਂ ਅਸੀਂ ਤੁਹਾਨੂੰ 6 ਲੱਖ ਤੱਕ ਦਾ ਲੋਨ ਦੇ ਦਾਂਗੇ, ਕਿਉਂਕਿ ਇਸ ਤੋਂ ਬਾਅਦ ਤੁਸੀਂ ਪੇ ਨਹੀਂ ਕਰ ਸਕਦੇ, ਪਰ ਜੇ ਤੁਸੀਂ ਪਹਿਲੇ 9 ਲੱਖ ਆਪਣੇ ਕੋਲੋਂ ਖਰਚ ਕਰ ਲਓਗੇ ਤੇ ਤਾਂ ਉਸ ਤੋਂ ਬਾਅਦ ਬਾਕੀ ਦੇ 6 ਲੱਖ ਅਸੀਂ ਤੁਹਾਨੂੰ ਦੇ ਦਾਂਗੇ, ਕਿਉਂਕਿ ਤੁਸੀਂ ਫਿਰ ਤੁਹਾਡੀ ਕਿਉਂਕਿ ਬੈਂਕ ਦੀ ਰਿਕੁਆਇਰਮੈਂਟ ਵਾਪਸ ਆਏਗਾ, ਤੇ ਉਹ ਚਾਹੁੰਦੇ ਨੇ ਕਿ ਤੁਹਾਨੂੰ ਅਸੀਂ ਤੁਹਾਨੂੰ ਦੇ ਸਕਦੇ ਹਾਂ। ਸੋ ਅਸੀਂ ਇਸ ਇਹ ਵੀ ਇੱਕ ਆਪਸ਼ਨ ਜਿਹੜੀ ਹੈ ਅਸੀਂ ਐਕਸਪਲੋਰ ਕਰ ਰਹੇ ਹਾਂ। ਤੇ ਹੋਰ ਬਾਕੀ ਫੰਡ ਰੇਜ਼ਿੰਗ ਐਫਰਟਸ ਤੁਸੀਂ ਕੀ ਕੀਤੀਆਂ ਸੀਗੀਆਂ, ਹੋਰ ਕਿੱਥੋਂ ਫੰਡਸ ਤੁਸੀਂ ਇਕੱਠੇ ਕੀਤੇ ਆ? ਇੱਕ ਤੇ ਅਸੀਂ ਆਪਣੇ ਜਿਹੜੀ ਲੋਕਲ ਸੰਗਤ ਨੂੰ ਕਾਫੀ ਅਸੀਂ ਫੰਡ ਇਕੱਠੇ ਕੀਤੇ, ਜਿਹੜੇ 5-6 ਲੱਖ ਇਕੱਠੇ ਕੀਤੇ ਉੱਥੋਂ ਕੀਤੇ ਨੇ। ਬਾਕੀ ਜਿਹੜੀ ਅਸੀਂ ਪਿਛਲੇ
जुलाई तो लैके असी स्टार्ट किया ग्लोबल कंपेन, असी ऑनलाइन फंड रेजिंग का कंपेन साढ़े यंग बच्चों ने स्टार्ट किया। वो असी काफ़ी ज़्यादा संगत को रीच आउट करन डे, वीडियो बनाई है, एक अपील की वीडियो बनाई है, असी सोशल मीडिया से रीच आउट करन डे, गो फंड मी कंपेन स्टार्ट किया, फेसबुक से सारे कम्यूनिटी मैंबरस ने अपने फंड रेजर स्टार्ट किए। तो मैरीटाइम सिख सोसायटी जी है सीआरए रजिस्टर्ड बॉडी है, तो जिहड़े असी गो फंड मी या जिहड़े फेसबुक के उत्ते कंपेन किए ने इस असी गो पेपाल गिविंग के थ्रू असी रजिस्टर्ड मैरीटाइम सिख सोसायटी नूं रजिस्टर करके बैंक अकाउंट वेरीफाई करके किए ने। सो जे कोई साडे कम्यूनिटी मैंबर फेसबुक पर कंपेन स्टार्ट करते हैं तो सीधा मैरीटाइम सिख सोसायटी के नाँ पर ही कर सकते हैं। सो भी असी कंपेन स्टार्ट किए, तो सारे थावों पर रीच आउट कर रहे हैं, असं गुरुद्वार तक पहुँच कर रहे हैं। पर हम देखो अपने सारे कोविड करके थोड़ी प्रॉब्लम ज़्यादा आ रही है, क्योंकि एक तो इकोनॉमिक कंडीशन थोड़ी जी एड्डी अपनी वधिया नहीं हैगी थोड़ी जी, थोड़ी चलो कैनेडा फिर भी बैटर है, पर फिर भी जिदा जो असं यूएसए तो एक्सपैक्ट कर रहे फंड्स उन्होंने की काफ़ी उत्तर काफ़ी कंडीशन खराब है, तो गुरुद्वारा भी काफ़ी सारे बंद पए ने, है ना। इस करके सानू थोड़ी जी जिदा साड़ी पहलों सी कि गुरुद्वारों में जावे विसाखी के उत्ते वैनकूवर जावे फंड रेज करके लियावे, जां असी टोरंटो जावे फंड रेज करके लियावे विसाखी के उत्ते जिदा मोस्टली गुरुद्वारे करते हैं, पर वह सारी साढ़े वो भी ऑप्शन साड़ी बंद हो गई क्योंकि सारा कुछ बंद हो गया। सो इस करके सानू थोड़ियां जिहा प्रॉब्लम आईयां, पर असी असी ऑनलाइन करके इस करके फिर सोचा कि हम ऑनलाइन ऑप्शन यूज करके संगत को पहुँच की जाए ता जो असी फंड रेज कर ले कर सकिए जो कि मॉडर्न तरीका उन्होंने। ਤੁਸੀਂ ਸਟੂਡੈਂਟਸ ਦਾ ਜ਼ਿਕਰ ਕੀਤਾ ਸੀਗਾ, ਤੁਸੀਂ ਇਹ ਵੀ ਕਹਿ ਰਹੇ ਹਾਂ ਕਿ ਕਾਫ਼ੀ ਵੱਡੀ ਗਿਣਤੀ ਨਾਲ ਜਿਹੜੇ ਸਟੂਡੈਂਟਸ ਆ ਇਮੀਗ੍ਰੇਟ ਹੋਈ ਜਾਂਦੇ ਆ ਨੋਵਾ ਸਕੋਸ਼ਾ ਦੇ ਵਿੱਚ, ਅਤੇ ਉਹਨਾਂ ਦਾ ਯੋਗਦਾਨ ਕੀ ਹੈ ਇਸ ਪ੍ਰੋਜੈਕਟ ਦੇ ਵਿੱਚ? ਜਿਹੜੇ ਸਟੂਡੈਂਟਸ ਹੈ ਉਹ ਇੱਕ ਤਾਂ ਦੋ ਚੀਜ਼ਾਂ ਵਾ, ਇੱਕ ਤਾਂ ਉਹਨਾਂ ਨੂੰ ਅਸੀਂ ਸਾਨੂੰ ਲੱਗਦਾ ਵਾ ਕਿ ਜੇ ਉਹ ਗੁਰਦੁਆਰੇ ਆਉਂਦੇ ਹਨ ਤਾਂ ਸਾਨੂੰ ਉਹਨਾਂ ਲਈ ਵੱਡਾ ਗੁਰਦੁਆਰਾ ਕਰਨਾ ਚਾਹੀਦਾ, ਸੋ ਉਹਨਾਂ ਨੇ ਸਾਨੂੰ ਇਸ ਚੀਜ਼ ਨੂੰ ਮੋਟੀਵੇਟ ਵੀ ਕੀਤਾ। ਬਾਕੀ ਜਿਹੜੇ ਸਟੂਡੈਂਟਸ ਨੇ ਉਹ ਇਸ ਚੀਜ਼ ਨੂੰ ਉਹ ਜਿੱਥੇ ਫਾਈਨੈਂਸ਼ਲੀ ਅਤੇ ਸਟੂਡੈਂਟਸ ਆਪ ਵੀ ਆਪਣੀਆਂ ਫੀਸਾਂ ਪੇ ਕਰਨ ਲਈ ਵੀ ਕੰਮ ਕਰਨ ਡੇ ਹੁੰਦੇ ਨੇ, ਦੋ ਦੋ ਜੋਬ ਕਰਕੇ ਜਾਂ ਉਹਨਾਂ ਦੀ ਜੋਬਸ ਵੀ ਚਲੇ ਗਈਆਂ ਫਿਰ ਵੀ ਵਿਚਾਰੇ ਉਹ ਸਟਰਗਲ ਕਰ ਰਹੇ ਨੇ, ਪਰ ਉਹ ਸਾਨੂੰ ਕਾਫ਼ੀ ਸਾਰੇ ਸਟੂਡੈਂਟ ਜਿਹੜੇ ਵਲੰਟੀਅਰ ਕਰਦੇ ਨੇ ਕੰਮ ਦੇ ਵਿੱਚ ਕਿਸੇ ਵੀ ਤਰੀਕੇ ਦਾ ਪ੍ਰੋਜੈਕਟ ਦੇ ਵਿੱਚ, ਜੇ ਕਿਸੇ ਵਿੱਚ ਕੋਈ ਵੀ ਸਕਿੱਲ ਹੈ ਤਾਂ ਸਾਨੂੰ ਉਹ ਲਿਸਟਾਂ ਬਣਾ ਕੇ ਰੱਖੀਆਂ ਹੋਈਆਂ ਉਹਨਾਂ ਨੇ ਕਿ ਜੇ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਆ, ਮੈਨੂੰ ਡਰਾਈਵ ਵਾਲ ਕਰਨੀ ਆਉਂਦੀ ਹੈ, ਮੈਨੂੰ ਆਹ ਕਰਨਾ ਆਉਂਦਾ, ਜਦੋਂ ਇੱਥੇ ਪਹੁੰਚ ਗਏ ਤਾਂ ਅਸੀਂ ਤੁਹਾਡੀ ਹੈਲਪ ਕਰ ਦਿਆਂਗੇ, ਅਤੇ ਕਿਸੇ ਵੀ ਤਰੀਕੇ ਦਾ ਵਲੰਟੀਅਰ ਵਰਕ ਹੈ, ਕਲੀਨਿੰਗ ਕਰਨੀ ਹੈ, ਕੋਈ ਆਰਗੇਨਾਈਜ਼ ਕਰਨਾ ਵਾ, ਕੁਛ ਕਾਊਂਟਿੰਗ ਕਰਨੀ ਆ, ਤਾਂ ਦੇ ਆਰ ਆਲਵੇਜ਼ ਅਵੇਲੇਬਲ। ਅਤੇ ਸਟੂਡੈਂਟ ਜਿਹੜੇ ਬਾਕੀ ਜਿਹੜੇ ਜਿਹੜੇ ਕਾਫ਼ੀ ਸਾਰੇ ਨਵੇਂ ਸਿੰਘ ਆਏ ਹੋਏ ਨੇ, ਉਹ ਜਿੱਦਾਂ ਹੁਣ ਸਾਡੇ ਮਹਾਰਾਜ ਦਾ ਪ੍ਰਕਾਸ਼ ਕਿਸੇ ਇੱਕ ਕਮਿਊਨਿਟੀ ਮੈਂਬਰ ਦੇ ਘਰ ਕੀਤਾ ਹੋਇਆ ਵਾ, ਸਤਨਾਮ ਸਿੰਘ ਚਾਵਲਾ ਨੇ ਆਪਣੇ ਅਪਾਰਟਮੈਂਟ 'ਚ ਰੱਖਿਆ ਵਾ, ਉੱਥੇ ਵੀ ਉਹਨਾਂ ਨੇ ਜਿੱਥੇ ਬੱਚੇ ਆਪ ਜਾ ਕੇ ਕੀਰਤਨ ਕਰਦੇ ਨੇ ਜੋ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ, ਅਤੇ ਉਹ ਸਾਰਾ ਕੰਮ ਉਹਨਾਂ ਨੇ ਰਿਸਪੋਂਸੀਬਿਲਟੀ ਲਈ ਹੋਈ ਹੈ ਜੀ। ਅਸੀਂ ਸੋਚਣ ਡਿਆ ਕਿਉਂਕਿ ਹਾਲ ਬੁੱਕ ਕਰਕੇ ਸੰਡੇ ਨੂੰ ਕਰ ਲਿਆ ਜਾਏ, ਕਿਉਂਕਿ ਮਿਸ ਕਰ ਰਹੇ ਨੇ ਸਾਰੇ ਜਣੇ ਸੰਡੇ ਦੀ ਜਿਹੜੀ ਗੈਦਰਿੰਗ ਨੂੰ, ਅਤੇ ਇਸ ਉਹਦੇ ਵਿੱਚ ਵੀ ਜਿਹੜੇ ਯੰਗ ਸਟੂਡੈਂਟ ਬੱਚੇ ਨੇ ਉਹ ਕਾਫ਼ੀ ਹੈਲਪ ਕਰ ਰਹੇ ਨੇ। ਬਾਕੀ ਫੰਡ ਰੇਜ਼ਿੰਗ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਓਬਵੀਅਸਲੀ ਤੁਹਾਨੂੰ ਪਤਾ ਬੱਚੇ ਅੱਜ ਕੱਲ੍ਹ ਬਹੁਤ ਐਕਟਿਵ ਨੇ, ਅਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਵੀਡੀਓ ਸਾਡੀਆਂ ਪੋਸਟ ਨੂੰ ਸ਼ੇਅਰ ਕਰਕੇ ਉਹ ਸਾਡਾ ਮੈਸੇਜ ਦੂਰ ਦੂਰ ਤੱਕ ਪਹੁੰਚਾਉਣ 'ਚ ਵੀ ਹੈਲਪ ਕਰ ਰਹੇ ਨੇ। ਗ੍ਰੇਟ ਸਿਮਰਦੀਪ ਜੀ, ਤੁਸੀਂ ਵੀ ਕਾਫ਼ੀ ਬਿਜ਼ੀ ਆ, ਤੁਸੀਂ ਇੱਕ ਡੈਂਟਿਸਟ ਆ, ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਉਂ ਇਸ ਪ੍ਰੋਜੈਕਟ ਦਾ ਲੀਡ ਲਿਆ? ਇਹ ਥੋੜ੍ਹੀ ਜੀ ਥੋੜ੍ਹੀ ਥੋੜ੍ਹੀ ਕੰਪਲੈਕਸ ਸਟੋਰੀ ਹੈ। ਮਿਸਟਰ ਪਿਆਰਾ ਸਿੰਘ ਰੰਧਾਵਾ ਨੇ ਮੈਨੂੰ ਅਪਰੋਚ ਕੀਤਾ ਲਾਸਟ ਅਪ੍ਰੈਲ ਇਸ ਮੰਥ ਦੇ ਇਸ ਸਾਲ ਦੇ ਅਪ੍ਰੈਲ ਦੇ ਵਿੱਚ, ਜਦੋਂ ਕਿ ਕੋਵਿਡ ਕਰਕੇ ਮੇਰੇ ਕਲੀਨਿਕਸ ਬੰਦ ਪਏ ਸੀ, ਅਤੇ ਘਰ ਉਹਨਾਂ ਨੇ ਅਪਰੋਚ ਕੀਤਾ ਕਿਉਂਕਿ ਉਹਨਾਂ ਨੇ ਸੋਚਿਆ ਬੈਂਕ ਤੋਂ ਲੋਨ ਮਿਲ ਜਾਏਗਾ, ਅਤੇ ਉਹਨਾਂ ਨੇ ਕੰਸਟਰਕਸ਼ਨ ਸਟਾਰਟ ਰੱਖੀ, ਪਰ ਬੈਂਕ ਦਾ ਲੋਨ ਜਦੋਂ ਅਪਰੂਵ ਨਹੀਂ ਹੋਇਆ ਅਤੇ ਕੰਸਟਰਕਸ਼ਨ ਵਾਸ ਕੰਟੀਨਿਊਸ, ਅਤੇ ਸਾਡੇ 'ਤੇ 2-2.5 ਲੱਖ ਦਾ ਕਰਜ਼ਾ ਚੜ ਗਿਆ ਜਿਹੜਾ ਕੰਟਰੈਕਟਰ ਅਤੇ ਪੈਂਟ ਦੇ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਦੇਣ ਵਾਲਾ ਪਿਆ ਸੀ। ਤਾਂ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਮੇਰੀ ਹੈਲਪ ਕਰੋ, ਥੋੜ੍ਹੀ ਸਿਮਰਦੀਪ ਹੈਲਪ ਕਰੋ ਅਤੇ ਦੇਖੋ ਫੰਡ ਰੇਜਿੰਗ 'ਚ। ਜਦੋਂ ਮੈਂ ਰਿਲਾਈਜ਼ ਕੀਤਾ ਕਿ ਨਹੀਂ ਜ਼ਿਆਦਾ ਤੁਹਾਨੂੰ ਇਸ ਟਾਈਮ 'ਤੇ ਸਿਚੁਏਸ਼ਨ ਦੀ ਗ੍ਰੈਵਿਟੀ ਨੂੰ ਰਿਲਾਈਜ਼ ਕੀਤਾ, ਤਾਂ ਫਿਰ ਮੈਂ ਸੋਚਿਆ ਕਿ ਚਲੋ ਔਰ ਟਾਈਮ ਵੀ ਹੈਗਾ, ਬਾਕੀ ਗੁਰੂ ਦੀ ਇੱਛਾ ਸੀ ਸ਼ਾਇਦ, ਹੈ ਨਾ, ਗੁਰੂ ਦੀ ਇੱਛਾ ਸੀ ਕਿ ਉਹਨਾਂ ਨੇ ਮੇਰੇ ਕੋਲ ਟਾਈਮ ਵੀ ਸੀਗਾ, ਇਸ ਬਾਬੀ ਬਣ ਗਿਆ ਕਿ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਅਤੇ ਮੈਨੂੰ ਲੱਗਾ ਕਿ ਇਸ ਟਾਈਮ 'ਤੇ ਮੈਨੂੰ ਮੇਰੀ ਮੈਨੂੰ ਆਪਣੀ ਜਿਹੜੀ ਸੇਵਾ ਦਾ ਮੌਕਾ ਮਿਲਿਆ ਵਾ, ਤਾਂ ਮੈਨੂੰ ਇਹਨੂੰ ਜਾਈ ਨਹੀਂ ਜਾਣਾ ਦੇਣਾ ਚਾਹੀਦਾ, ਅਤੇ ਫਿਰ ਮੈਂ ਇਹਦੇ 'ਚ ਇਨਵੋਲਵ ਹੋ ਗਈ ਉਹਨਾਂ ਦੀ ਹੈਲਪ ਕਰਨ ਦੇ। ਸਿਮਰਦੀਪ, ਤੁਸੀਂ ਸਾਨੂੰ ਸ਼ੇਅਰ ਕੀਤੀ ਹੈ ਕਾਫੀ 78 ਦੇ ਵਿੱਚ ਵੀ ਗੁਰਦੁਆਰਾ, ਰਾਈਟ, ਮਿਸਟਰ ਪਿਆਰਾ ਸਿੰਘ ਰੰਧਾਵਾ, ਮੈਂ ਕਹਿ ਰਹੀ ਸੀ ਕਿ ਮਿਸਟਰ ਪਿਆਰਾ ਸਿੰਘ ਰੰਧਾਵਾ ਨੇ 1978 'ਚ ਗੁਰਦੁਆਰਾ ਵੀ ਉਹਨਾਂ ਨੇ ਬਣਾਇਆ ਸੀ,
1996 ਦੇ ਵਿੱਚ ਐਕਸਪੈਂਸ਼ਨ ਵੀ ਉਹਨਾਂ ਨੇ ਕੀਤੀ। ਹੁਣ ਵੀ ਜਦੋਂ ਸਾਰੇ ਬੰਦੇ ਹੈਜ਼ੀਟੈਂਟ ਸੀਗੇ ਤੇ ਉਹਨਾਂ ਨੇ ਝੰਡਾ ਗੱਡ ਦਿੱਤਾ ਕਿ ਕਹਿੰਦੇ ਵੀ ਬਸ ਹੁਣ ਗੁਰਦੁਆਰਾ ਬਣੇਗਾ, ਤਾਂ ਫਿਰ ਸਾਨੂੰ ਲੱਗਾ ਕਿ ਉਹਨਾਂ ਦੀ ਹੈਲਪ ਕਰ ਸਾਨੂੰ ਉਹਨਾਂ ਨੇ ਸਾਨੂੰ ਇਸ ਕੰਮ ਦੇ ਵਿੱਚ ਲਗਾਤਾ। ਕਾਫੀ ਮੋਟੀਵੇਸ਼ਨ ਸੀ ਇਸ ਪ੍ਰੋਜੈਕਟ ਦੇ ਪਿੱਛੇ। ਤੁਸੀਂ ਜਿਹੜੀਆਂ ਕੁਝ ਪੁਰਾਣੀਆਂ ਫੋਟੋ ਹਿਸਟੋਰਿਕ ਪਿਕਚਰਸ ਆ ਨਾ ਤੁਸੀਂ ਸ਼ੇਅਰ ਕੀਤੀਆਂ ਆ, ਸੋ ਜਦੋਂ ਇਹ ਆਪਣੇ ਗੁਰਦੁਆਰਾ ਸਾਹਿਬ ਐਸਟੈਬਲਿਸ਼ ਹੋ ਗਿਆ, ਜਦੋਂ ਇਹਦੀ ਕੰਪਲੀਸ਼ਨ ਹੋ ਜੂਗੀ, ਕੀ ਜਿਹੜੇ ਕਮਿਊਨਿਟੀ ਦੇ ਵਿੱਚ ਅਵੇਅਰਨੈਸ, ਖਾਸ ਕਰਕੇ ਜਿਹੜੇ ਉੱਥੇ ਹੋਰ ਭਾਈਚਾਰਾ ਰਹਿੰਦੇ ਆ ਜਿਹੜੇ ਬਾਕੀ ਕਮਿਊਨਿਟੀਜ਼ ਦੇ ਵਿੱਚ ਆ, ਕੀ ਤੁਹਾਨੂੰ ਲੱਗਦਾ ਇੱਕ ਜਿਹੜੇ ਸਾਡੇ ਸਿੱਖ ਭਾਈਚਾਰਾ ਦਾ ਜਿਹੜਾ ਇੱਕ ਪ੍ਰੈਜੈਂਸ ਆ ਹੋਰ ਜ਼ਿਆਦਾ ਪ੍ਰੋਮੀਨੈਂਟ ਹੋ ਜੂਗਾ? ਬਹੁਤ ਜ਼ਿਆਦਾ ਫਰਕ ਪਏਗਾ, ਬਹੁਤ ਜ਼ਿਆਦਾ। ਹੁਣ ਹਾਲੇ ਵੀ ਜਦੋਂ ਹੁਣ ਅਸੀਂ ਕੰਪੇਅਰ ਨਹੀਂ ਕਰ ਰਹੇ ਹਾਂ ਤਾਂ ਸਾਨੂੰ ਕਾਫੀ ਜ਼ਿਆਦਾ ਸਪੋਰਟ ਮਿਲ ਰਹੀ ਹੈ ਜਿਹੜੀ ਲੋਕਲ ਕਮਿਊਨਿਟੀ ਆ। ਪਰ ਇਹਦੇ ਨਾਲ ਮੇਰਾ ਖਿਆਲ ਦੇਖੋ, ਇੱਕ ਤਾਂ ਤੁਹਾਡੀ ਕਮਿਊਨਿਟੀ ਦਾ ਜਿਹੜਾ ਇਮੇਜ ਹੈ ਉਹ ਬਿਲਡ ਹੁੰਦਾ, ਛੋਟੇ ਤੋਂ ਵੱਡਾ ਗੁਰਦੁਆਰਾ ਪਤਾ ਲੱਗਦਾ ਹੈ ਕਿ ਸਿੱਖ ਕਮਿਊਨਿਟੀ ਜ਼ਿਆਦਾ ਬੈਟਰ ਇਸਟੈਬਲਿਸ਼ ਹੋ ਗਈ ਹੈ। ਜਦੋਂ ਮੈਂ ਇਨੀਸ਼ੀਅਲੀ ਆਈ ਸੀਗੀ ਤਾਂ ਮੈਨੂੰ ਕਿਸੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਕਿਸੇ ਬੰਦੇ ਨੇ ਕਿਹਾ ਕਿ ਬਹੁਤੇ ਸਿੱਖ ਇਸ ਏਰੀਏ 'ਚ ਰਹਿੰਦੇ ਨਹੀਂ ਕਿਉਂਕਿ ਉਹਨਾਂ ਕੋਲ ਗੁਰਦੁਆਰਾ ਨਹੀਂ ਹੈਗਾ, ਕਿ ਸਿੱਖ ਹਨ ਜਿੱਥੇ ਵੀ ਜਾਂਦੇ ਉਹਨਾਂ ਚਾਹੀਦਾ ਕਿ ਉਹਨਾਂ ਕੋਲ ਗੁਰਦੁਆਰਾ ਹੋਵੇ। ਵੈਨਕੂਵਰ ਜਾਂ ਟਰੰਟੋ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਆਪਸ਼ਨਸ ਹੈਗੀਆਂ ਵਾ। ਇਹ ਸਾਡੀਆਂ ਰੂਟਸ ਨੇ ਨਾ, ਗੁਰਦੁਆਰਾ ਜਿਹੜਾ ਹੈਗਾ ਇਹ ਸਾਡੀਆਂ ਰੂਟਸ ਨੇ। ਜਦੋਂ ਅਸੀਂ ਇਹਨਾਂ ਨੂੰ ਵੱਡਾ ਅਤੇ ਜ਼ਿਆਦਾ ਵੈਲ ਮੈਨੇਜ ਅਤੇ ਜ਼ਿਆਦਾ ਸਾਡੀ ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈ ਇਹਦੀ ਪ੍ਰੈਜੈਂਸ ਨੂੰ ਇਹ ਸ਼ੋਅ ਕਰਦਾ ਹੈ ਕਿ ਪਹਿਲਾਂ ਨਾਲੋਂ ਗਰੋ ਕਰ ਰਹੀ ਹੈ, ਤਾਂ ਇਹ ਸਾਡੇ ਲਈ ਹਮੇਸ਼ਾ ਹੀ ਸਾਡੇ ਲਈ ਮਾਣ ਦਾ ਰਿਹਾ ਵਾ, ਸਾਡਾ ਮਾਣ ਰਿਹਾ, ਸਾਡਾ ਪ੍ਰਾਈਡ ਹੈ, ਅਤੇ ਹੁਣ ਵੀ ਇਹ ਸਾਡੀਆਂ ਫਿਊਚਰ ਜਨਰੇਸ਼ਨਸ ਨੂੰ ਵੀ ਡਾਇਰੈਕਸ਼ਨ ਹੋਪਫੁਲੀ ਦਿੰਦਾ ਰਹੇਗਾ। ਆਪਣੇ ਕੋਲ ਟਾਈਮ ਥੋੜ੍ਹਾ ਜਿਹਾ ਰਹਿ ਗਿਆ ਆ, ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗੀ ਵੀ ਜਦੋਂ ਇਹਦੀ ਕੰਪਲੀਸ਼ਨ ਹੋਈ ਅਤੇ ਫਿਰ ਗੁਰਦੁਆਰੇ ਦੀ ਟਾਈਮਿੰਗ ਦੀ ਕੀ ਹੋ ਗਈ? ਜਿੱਦਾਂ ਤੁਸੀਂ ਦੱਸਿਆ ਕਿ ਸਿਰਫ ਇਸ ਵੇਲੇ ਹੁਣ ਸੰਡੇਜ਼ ਹੀ ਆ, ਕੀ ਪਰਮਾਨੈਂਟ ਹੋ ਗਈ ਫੁੱਲ ਟਾਈਮ, ਪਾਰਟ ਟਾਈਮ, ਅਤੇ ਬਾਕੀ ਜਿਹੜੇ ਆਪਣੇ ਪਾਠੀ ਆ, ਰਾਗੀ ਆ, ਉਹਨਾਂ ਦਾ ਕੋਈ ਪ੍ਰਬੰਧ ਹੋਊਗਾ? ਜਿਹੜੇ ਸਾਡੇ ਹੁਣ ਤੱਕ ਸਾਡਾ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਸਾਰਾ ਵਾ ਅਸੀਂ ਵਲੰਟੀਅਰ ਬੇਸਿਸ 'ਤੇ ਕਰ ਰਹੇ ਸੀਗੇ। ਜਿਹੜੀ ਕਮਿਊਨਿਟੀ ਮੈਂਬਰਸ ਨੇ ਉਹੀ ਸਵੇਰੇ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ, ਉਹੀ ਰਾਤ ਨੂੰ ਸੁਖਾਸਨ ਕਰਦੇ ਨੇ, ਜਿਹੜੇ ਸਾਡੇ ਲੰਗਰ ਦੀ ਸੇਵਾ ਵੀ ਸਾਰੇ ਵਲੰਟੀਅਰ ਕਰਦੇ ਨੇ, ਬਾਕੀ ਦੀ ਜਿਹੜੀ ਸੇਵਾ ਸਤਿਕਾਰ ਸੰਭਾਲ ਹੈ ਗੁਰਦੁਆਰੇ ਦੀ ਉਹ ਵੀ ਆਪੇ ਵਲੰਟੀਅਰ ਕਰਦੇ ਨੇ, ਕੋਈ ਪੇਡ ਇੰਪਲੋਈ ਜਾਂ ਪੱਠੇ ਪੱਕੇ ਪਾਠੀ ਨਹੀਂ ਸੀਗੇ। ਪਰ ਹੋ ਸਕ ਪਰ ਹੁਣ ਲੱਗਦਾ ਹੈ ਕਿ ਜਿੱਦਾਂ ਵੱਡਾ ਗੁਰਦੁਆਰਾ ਬਣੇਗਾ ਸਾਨੂੰ ਜ਼ਰੂਰਤ ਪਏਗੀ ਪੱਠੇ ਕਿਸੇ ਨੂੰ ਪਰਮਾਨੈਂਟ ਰਿਸਪੋਂਸੀਬਿਲਟੀ ਦੇਣ ਦੀ, ਕਿਉਂਕਿ ਰਿਸਪੋਂਸੀਬਿਲਟੀ ਥੋੜ੍ਹੀ ਵੱਡੀ ਹੋ ਜਾਏਗੀ, ਪਰ ਹੁਣ ਤੱਕ ਤਾਂ ਅਸੀਂ ਆਪੇ ਕਰ ਰਹੇ ਸੀਗੇ। ਅਤੇ ਬਾਕੀ ਇਹ ਵੀ ਸਾਰਾ ਬਾਕੀ ਚੀਜ਼ ਡਿਪੈਂਡਿੰਗ ਔਨ ਕਿ ਕਮਿਊਨਿਟੀ ਦੇ ਵਿੱਚੋਂ ਕਿੰਨਾ ਕੁ ਸਪੋਰਟ ਮਿਲਦੀ ਹੈ ਉਹਦੇ ਹਿਸਾਬ ਨਾਲ ਅਸੀਂ ਦੇਖਾਂਗੇ ਕਿ ਕਿਹਨੂੰ ਕਿਹਨੂੰ ਇਹ ਰਿਸਪੋਂਸੀਬਿਲਟੀ ਮਿਲਦੀ ਹੈ। ਮੇਰੇ ਖਿਆਲ ਹੈ ਹਾਲੇ ਵੀ ਸਾਡੇ ਕੋਲ ਕਾਫੀ ਸਾਰੇ ਮੈਂਬਰ ਨੇ, ਯੰਗ ਮੈਂਬਰ ਜਿਹੜੇ ਰਿਸਪੋਂਸੀਬਿਲਟੀ ਲੈਣ ਨੂੰ ਤਿਆਰ ਨੇ। ਬਹੁਤ ਵਧੀਆ ਵਧੀਆ ਕੀਰਤਨ ਕਰਨ ਵਾਲੇ ਵੀ ਬੱਚੇ ਨੇ, ਪਾਠ ਕਰਨ ਵਾਲੇ, ਅਤੇ ਹਰ ਤਰ੍ਹਾਂ ਦੇ ਜਿਹੜੀਆਂ ਸਿੱਖ ਗੁਰਦੁਆਰੇ ਦੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਮੇਨਟੇਨ ਕਰਨ ਲਈ ਹੁਣ ਵੀ ਬੱਚੇ ਪੰਜਾਬੀ ਦੀਆਂ ਕਲਾਸਾਂ ਔਨਲਾਈਨ ਮੇਨਟੇਨ ਕਰ ਰਹੇ ਨੇ, ਬੱਚਿਆਂ ਨੂੰ ਔਨਲਾਈਨ ਪੰਜਾਬੀ ਦੀ ਜਿਹੜੀ ਲੈਂਗੁਏਜ ਆ ਸਿਖਾ ਰਹੇ ਨੇ। ਇਸ ਟਾਈਮ 'ਤੇ ਵੀ ਜਦੋਂ ਕਿ ਗੁਰਦੁਆਰਾ ਬੰਦ ਹੋ ਉਹਨਾਂ ਦੀ ਉਹ ਐਕਟੀਵਿਟੀਜ਼ ਚਾਲੂ ਨੇ, ਪੰਜਾਬੀ ਐਜੂਕੇਸ਼ਨ ਦੀਆਂ ਜਿਹੜੀਆਂ ਉਹਨਾਂ ਦੀਆਂ ਕਰ ਰਹੇ ਨੇ, ਅਤੇ ਉਹ ਮੇਰਾ ਖਿਆਲ ਡਿਪੈਂਡ ਇਸ ਚੀਜ਼ ਦੇਖਾਂਗੇ ਜਿੱਦਾਂ ਕਿ ਮੇਰਾ ਹੁਣ ਸਾਨੂੰ ਥੋੜ੍ਹੀ ਵੱਡੀ ਮੈਨੇਜਮੈਂਟ ਦੀ ਲੋੜ ਤਾਂ ਪਏਗੀ, ਪਰ ਮੈਨੂੰ ਲੱਗਦਾ ਹੈ ਕਿ ਕਮਿਊਨਿਟੀ ਦੇ ਵਿੱਚ ਜਿੰਨਾ ਉਤਸ਼ਾਹ ਹੈ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ ਉਹਦੇ ਵਿੱਚ। ਅਖੀਰ ਦੇ ਵਿੱਚ ਪਲੀਜ਼ ਸਾਨੂੰ ਦੱਸਿਓ ਜੇ ਕਿਸੇ ਨੇ ਵੀ ਵਰਲਡ ਵਾਈਡ ਜਿਹਨੇ ਵੀ ਅੱਜ ਸਾਡੇ ਨਾਲ ਦਰਸ਼ਕ ਜੁੜੇ ਆ, ਕਿਸੇ ਨੇ ਆਪਣਾ ਯੋਗਦਾਨ ਪਾਉਣਾ, ਡੋਨੇਸ਼ਨ ਕਰਨੀ ਆ, ਵਟ ਇਜ਼ ਦ ਬੈਸਟ ਵੇ ਟੂ ਡੂ ਇਟ? ਸਭ ਤੋਂ ਵਧੀਆ ਤਰੀਕਾ ਤਾਂ ਇਹ ਹੈ ਕਿ ਜੇ ਤੁਸੀਂ maritimesikhsociety.ca ਜਾਂ maritimesikhsociety.com ਸਰਚ ਕਰੋਗੇ ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਪਹੁੰਚ ਜਾਓਗੇ। ਉੱਥੇ ਡੋਨੇਟ ਨਾਓ ਬਟਨ 'ਤੇ ਜਾਓਗੇ ਅਤੇ ਤੁਹਾਨੂੰ ਸਾਰੀਆਂ ਆਪਸ਼ਨਸ ਉੱਥੇ ਲਿਸਟ ਕੀਤੀਆਂ ਹੋਈਆਂ ਨੇ। ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ ਜਾਂ ਤੁਸੀਂ ਗੋ ਫੰਡ ਮੀ ਕੰਪੇਨ ਦਾ ਲਿੰਕ ਹੈ ਉੱਥੇ ਜਾ ਕੇ ਵੀ ਪੇ ਕਰ ਸਕਦੇ ਹੋ। ਜੇ ਤੁਸੀਂ USA ਜਾਂ ਕਿਤੇ ਹੋਰ ਰੱਖੋ ਕੈਨੇਡਾ ਦੇ ਵਿੱਚੋਂ ਤਾਂ ਈ ਟ੍ਰਾਂਸਫਰ ਕਰਨਾ ਈਜ਼ੀ ਹੈ, ਤਾਂ USA ਵਾਲਿਆਂ ਨੂੰ ਯੂਜ਼ ਤਾਂ ਨਹੀਂ ਹੈਗੇ, ਪਰ ਤੁਹਾਨੂੰ ਸਾਰੀਆਂ ਆਪਸ਼ਨ ਮਿਲ ਜਾਣਗੀਆਂ। ਈ ਟ੍ਰਾਂਸਫਰ ਕਰ ਸਕਦੇ ਹੋ, ਗੋ ਫੰਡ ਮੀ ਜਾਂ ਸਾਡਾ ਪੇਪਾਲ ਦਾ ਡੋਨੇਸ਼ਨ ਬਟਨ ਹੈ ਉਹਦੇ 'ਤੇ ਕਰੋਗੇ ਤੁਹਾਨੂੰ ਰਸੀਦ ਨਾਲ ਦੀ ਨਾਲ ਹੀ ਰਸੀਦ ਤੁਹਾਨੂੰ ਈਮੇਲ ਹੋ ਜਾਏਗੀ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਔਨਲਾਈਨ ਆਪਸ਼ਨ ਤੁਹਾਨੂੰ ਤੁਹਾਡੇ ਲਈ ਨਹੀਂ ਹੈਗੀ ਤਾਂ ਤੁਸੀਂ ਸਾਡਾ ਜਿਹੜਾ ਫੋਨ ਨੰਬਰ ਹੈਗਾ 9024770008 ਜਿਹੜਾ ਗੁਰਦੁਆਰੇ ਦੀ ਵੈਬਸਾਈਟ 'ਤੇ ਉਹਦੇ 'ਤੇ ਕਾਲ ਕਰੋ ਅਤੇ ਉਹਨਾਂ ਨੂੰ ਕਹੋਗੇ ਅਤੇ ਸਾਡੇ ਸੈਕਟਰੀ ਨੇ ਕਮਲ ਸਿੱਧੂ ਉਹਨਾਂ ਕੋਲ ਚਲ ਜਾਏਗਾ ਅਤੇ ਉਹ ਤੁਹਾਡੇ ਜਿਹੜੇ ਫੋਨ ਤੋਂ ਤੁਹਾਡੇ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੀ ਪੇਮੈਂਟ ਲੈ ਲੈਣਗੇ, ਤੁਹਾਨੂੰ ਰਸੀਦ ਤੁਹਾਨੂੰ ਰਸੀਦ ਭੇਜ ਦੇਣਗੇ ਅਤੇ ਉਹ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਵੀ ਕਰ ਸਕਦੇ ਹੋ। ਸਭ ਤੋਂ ਵਧੀਆ ਤਰੀਕਾ ਤਾਂ ਔਨਲਾਈਨ ਡੋਨੇਸ਼ਨ ਕਰਨ ਦਾ ਹੈ, ਕਿਉਂਕਿ ਇੱਕ ਤਾਂ ਰੈਕਰਡ ਕੀਪਿੰਗ ਲਈ ਸੌਖਾ ਆ, ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਰਸੀਦ ਮਿਲ ਜਾਂਦੀ ਹੈ ਅਤੇ ਸਾਰਿਆਂ ਵੀ ਰਿਪੋਰਟਸ ਜਿਹੜੀਆਂ ਪ੍ਰਿੰਟ ਕਰਨੀਆਂ ਸੌਖੀਆਂ ਨੇ ਅਤੇ ਰੈਕਰਡ ਕੀਪਿੰਗ ਅਤੇ ਟ੍ਰਾਂਸਪੇਰੈਂਸੀ ਲਈ ਉਹ ਵਧੀਆ ਰਹਿੰਦੀ, ਵਧੀਆ ਡੋਨੇਸ਼ਨ ਰਹਿੰਦੀ ਹੈ। ਥੈਂਕ ਯੂ ਸੋ ਮੱਚ ਸਿਮਰ ਜੀ। ਤੁਸੀਂ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੀ ਵੀ ਅੱਜ ਸਾਡਾ ਸਿੱਖ ਸੰਗਤ ਜਿਹੜੀ ਜੁੜੀ ਹੋਈ ਆ ਉਹ ਵੱਧ ਚੜ੍ਹ ਕੇ ਹਿੱਸਾ ਪਾਉਣਗੇ ਇਸ ਪ੍ਰੋਜੈਕਟ ਦੇ ਵਿੱਚ ਅਤੇ ਤੁਸੀਂ ਸਫਲ ਰਹੋਗੇ। ਐਂਡ ਥੈਂਕ ਯੂ ਸੋ ਮੱਚ ਜਿਹੜੀ ਤੁਸੀਂ ਸਾਡੀ ਸਿੱਖ ਕਮਿਊਨਿਟੀ ਲਈ ਇਹ ਸੇਵਾ ਕਰ ਰਹੇ ਹਾਂ।
थैंक यू ਤੁਹਾਡਾ ਜੀ, ਬਹੁਤ ਬਹੁਤ ਸੁਖੀ ਜੀ। ਮੈਂ ਤੁਹਾਡੇ ਜਿਹੜੇ 20,000 ਦਰਸ਼ਕਾਂ ਵਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ $100 ਵੀ ਦਿਓਗੇ ਤਾਂ ਸਾਡਾ ਸਾਰਾ ਪ੍ਰੋਜੈਕਟ ਠੀਕ, ਸਾਡਾ ਪ੍ਰੋਜੈਕਟ ਸਿਰੇ ਚੜ ਜਾਏਗਾ। ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮੱਚ। ਥੈਂਕ ਯੂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਹਿੱਸਾ ਪਾਓਗੇ। ਇਨਫੋਰਮੇਸ਼ਨ ਇਹਨਾਂ ਨੇ ਤੁਹਾਨੂੰ ਦਿੱਤੀ ਹੈ, ਤੁਸੀਂ ਕਿਵੇਂ ਡੋਨੇਟ ਕਰ ਸਕਦੇ ਹਾਂ। ਐਂਡ ਉਮੀਦ ਕਰਦੀ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਤੁਹਾਡੇ ਵਾਸਤੇ ਅਸੀਂ ਮੰਡੇ ਫਿਰ ਹਾਜ਼ਰ ਹੋਵਾਂਗੇ ਮਾਰਨਿੰਗ ਸ਼ੋਅ ਦੇ ਵਿੱਚ। ਹੋਪ ਯੂ ਹੈਵ ਅ ਗ੍ਰੇਟ ਵੀਕਐਂਡ ਐਂਡ ਵੀ ਵਿਲ ਸੀ ਆਲ ਆਫ ਯੂ, ਮੋਸਟ ਆਫ ਯੂ, ਖਾਸ ਕਰਕੇ ਜਿਹੜੇ ਸਿਰੀ ਦੇ ਵਿੱਚ ਰਹਿੰਦੇ ਆ, ਦ ਪਾਇਲ ਬਿਜ਼ਨਸ ਸੈਂਟਰ ਟੁਨਾਈਟ ਫਾਰ ਆਰੀਅਨਸ ਫੰਡ ਰੇਜ਼ਰ। ਅਤੇ ਨਾਲੇ ਆਪਾਂ ਉਹਨਾਂ ਦਾ ਪਹਿਲਾ ਬਰਥਡੇ ਰਲ ਕੇ ਮਨਾਉਂਦੇ ਹਾਂ। ਯੂ ਕੈਨ ਵਾਚ ਦ ਕਵਰੇਜ ਲਾਈਵ ਔਨ ਫੇਸਬੁੱਕ, ਲਾਈਵ ਔਨ ਚੈਨਲ ਪੰਜਾਬੀ ਐਂਡ ਲਾਈਵ ਔਨ ਗਲੋਬਲ ਪੰਜਾਬ। ਆਪਾਂ ਮਿਲਦੇ ਹਾਂ ਮੰਡੇ ਨੂੰ। ਬੰਡੇ ਤਾਈ, ਤੁਹਾਡੀ ਆਪਣੀ ਸੁੱਖੀ ਵੱਲੋਂ ਤੁਹਾਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।